जे तो चलाइए सही आप नॉर्मल आप जिम्मे कह दिए पंजाबी बंदे आंगू हाँ फिर तो दें सतारा प्लस यही हाँ जी बी अच्छा मेरे को भी मैं फोटो हाँ मे बी वो स्पीडोमीटर दिखाता बी भी एवरेज भी कितने दें होनी है कड़ा स्विफ्ट आ बाकी सतारा की एवरेज तो यह दी एजेंसी वाले मैंने कॉल आई ये हूँ जिमें जी क्लासिक एस इलेवन आ रेट साढ़े सतारा आ गया ਇਹਦਾ ਰੇਟ ਜਦੋਂ ਇਹ ਐਸ 11 ਬੰਦ ਹੋਈ ਹੈ ਇਸ ਲੋਗੋ ਵਾਲੀ ਇਹਦਾ ਰੇਟ ਸੀਗਾ 21,83,000 ਇਹ ਮਹਿੰਗੀ ਸੀ ਉਹਦੇ ਨਾਲੋਂ ਹਾਂਜੀ ਹਾਂ ਮੈਨੂੰ 19,50,000 ਰੁਪਏ ਦੀ ਏਜੰਸੀ ਵਾਲੇ ਕਹਿੰਦੇ ਵੀ ਕਾਰ ਦੇ ਦਿਓ ਤੁਸੀਂ ਥਾਰ ਲੈ ਜਾਓ ਅਤੇ ਜਿਹੜਾ ਐਕਸਟਰਾ ਪੈਸੇ ਆ ਉਹ ਤੁਸੀਂ ਵਿੱਚ ਉਹਦੇ ਐਡਜਸਟ ਕਰਾ ਲਓ ਜੇ ਵਿੱਚ ਕੁਛ ਨਾ ਕੁਛ ਲਵਾ ਲਓ ਜੀ ਜਿਵੇਂ ਹੁਣ ਆਹ ਸਾਡਾ ਪਿੱਛੇ ਸ਼ੋਰ ਖੜੇ ਆ ਨਾ ਮੈਨੂੰ ਕਿਹਾ ਮੈਂ ਕਿਹਾ ਯਾਰ ਮੈਂ ਸਕਾਰਪੀਓ ਲੈਣੀ ਆ ਹੈ ਇਹ ਕਦੇ ਰੌਲਾ ਪਾਉਂਦੇ ਨੇ ਯਾਰ ਇਹ ਅਨਸੇਫ ਆ ਜੇ ਆ ਹੁਣ ਜਦੋਂ ਵੀਡੀਓ ਬਣਾਉਣ ਲੱਗੇ ਇੱਥੇ ਖੜੀ ਗੱਡੀ ਕਹਿੰਦਾ ਭਾਜੀ ਗੱਡੀ ਬਹੁਤ ਸੋਹਣੀ ਆ ਹੈ ਮੈਂ ਕਿਹਾ ਯਾਰ ਇਹ ਗੱਡੀ ਉਹ ਆ ਜਿਹਨੂੰ ਕਹਿੰਦੇ ਕਰੇ ਜੱਟਾਂ ਨੂੰ ਸਕਾਰਪੀਓ ਸੂਟ ਕੋਰੀਏ ਹੈ ਹਾਂਜੀ ਕਿ ਜਦੋਂ ਗਾਣੇ ਨਹੀਂ ਪੱਟਿਆ ਜਿਵੇਂ ਹੁਣ ਇਹ 11 ਆ ਹਨਾ ਐਸ 11 ਗੱਡੀ ਆ ਹਾਂਜੀ ਤੁਸੀਂ ਕਹਿੰਦੇ ਬਾਈ ਜੀ ਜਿਹੜੀ ਕਲਾਸਿਕ ਆ ਉਹਦੇ 'ਚ ਇਹ 'ਚ ਜ਼ਮੀਨ ਅਸਮਾਨ ਦਾ ਫਰਕ ਆ ਬਹੁਤ ਫਰਕ ਆ ਬਈ ਇੱਕ ਤਾਂ ਬਈ ਉਹਦਾ ਇੰਜਨ ਛੋਟਾ ਕਰਤਾ ਇਹਦੇ ਨਾਲੋਂ ਹਾਂਜੀ ਮੇਰੇ ਸਾਨਾ 100 BHP ਦਾ ਇੰਜਨ ਦਾ ਫਰਕ ਪਾਇਆ ਸਿੱਧਾ ਉਹ ਪੈ ਗਿਆ ਹਾਂਜੀ ਇਹ ਐਸ 11 ਆ ਜਿਹੜੀ S10 ਆਉਂਦੀ ਸੀ ਉਹ ਤੁਹਾਨੂੰ ਟੈਂਪਰੇਚਰ ਵੀ ਦੱਸਦੀ ਤੁਹਾਡੇ ਟਾਇਰ ਦਾ ਟੈਂਪਰੇਚਰ ਕਿੰਨਾ ਉੱਥੇ ਵਿੱਚ ਆਹ ਚੀਜ਼ ਵੀ ਸੀ ਹਾਂਜੀ ਬਈ ਅੱਛਾ ਇਹਦੇ ਵਿੱਚੋਂ ਹੈ ਨਹੀਂ ਇਹਦੇ 'ਚ ਹੈ ਨਹੀਂ ਪਰ ਇਹ ਪ੍ਰੈਸ਼ਰ ਦੱਸਦੀ ਆ ਅੱਛਾ ਇਹ ਰੇਂਜ ਵੀ ਦੱਸ ਦੂ ਵੀ ਇੰਨੇ ਕਿਲੋਮੀਟਰ ਤੁਹਾਡੀ ਜਾਊਗੀ ਇੰਨੀ ਦੀ ਐਵਰੇਜ ਦੇਈ ਜਾਂਦੀ ਆ ਉਹ ਚੋਂ ਵੀ ਹੈ ਨਹੀਂ ਅੱਛਾ ਪੂਰੇ ਮਾਲਵੇ ਦੇ ਵਿੱਚ ਯਾਰ ਮੈਕ ਹਰੇਕ ਨੇ ਸਕਾਰਪੀਓ ਨੂੰ ਪਾਏ ਨੇ ਹਾਂ ਹਾਂ ਇਹ ਬਾਈ ਹੁਣ ਜੱਚਦੀ ਆਏ ਆ ਬਾਈ ਹੁਣ ਜੇ ਸਾਨੂੰ ਕਾਰ ਆ ਹਾਂ ਸਕਾਰਪੀਓ ਬਿਨਾਂ ਲਾਏ ਤਾਂ ਮੈਂ ਕਹਿੰਦਾ ਵੀ ਨਹੀਂ ਜੱਚਦੀ ਗੀ ਉਹ ਤਾਂ ਐਂ ਲੱਗਦਾ ਵੀ ਭਲਵਾਨ ਦੇ ਚੋਲ ਪਤਰੀਆਂ ਹੀ ਲੱਤਾਂ ਨਹੀਂ ਹੁੰਦੀਆਂ ਹਾਂ ਤੇ ਇਹ ਜਿਵੇਂ ਇੱਕ ਹੁੰਦਾ ਨਾ ਕਿ ਆਪਾਂ ਸਪੇਸਰ ਪਾ ਕੇ ਚਾੜਦੇ ਨਹੀਂ ਨਹੀਂ ਬਾਈ ਇਹ ਸਿੱਧੇ ਚੜ ਗਏ ਇਹ ਸਿੱਧੇ ਵੀ ਲੱਗੇ ਆ ਜੀ ਤੇ ਇਹਦਾ ਤੇ ਉਹਦਾ ਫਰਕ ਕੀ ਹੁੰਦਾ ਚਲਾਵੇ ਦਾ ਬਾਈ ਹੁਣ ਆਪਾਂ ਨੂੰ ਇੰਨੇ ਆਪਣੇ ਟੈਕਨੀਕਲ ਤਾਂ ਬਾਹਲੀ ਨੌਲੇਜ ਹੈ ਨਹੀਂ ਆਪਾਂ ਤਾਂ ਜਿਵੇਂ ਸਿੱਧੇ ਵੀ ਆਪਾਂ ਨੂੰ ਨਾ ਤਾਂ ਬਬਲਿੰਗ ਬਾਈ ਕਰਦੀ ਹੈ ਅਲਾਈਨਮੈਂਟ ਸਹੀ ਆਪਾਂ ਟਾਈਮ ਤੇ ਕਰਵਾਈ ਹੋਵੇ ਹਾਂ ਉਨੀ ਮੈਂ ਤਾਂ ਕਹਿੰਦਾ ਵੀ ਜਿੱਡਾ ਚੌੜਾ ਟਾਇਰ ਆ ਉਨੀ ਕਾਰ ਜੰਮ ਕੇ ਚੱਲਦੀ ਆ ਹਾਂ ਵੀ ਜਿੱਥੋਂ ਮਰਜੀ ਆ ਹੁਣ ਇੱਥੋਂ ਮੋੜ ਮੋੜਨਾ ਹੋਵੇ ਕਿਤੇ ਆਪਾਂ ਡਰੀ ਜਾਣਾ ਆਪਾਂ 40 ਤੇ ਵੀ ਡਰੀ ਜਾਣਾ ਤੇ ਹੁਣ ਇਹੀ ਮੋੜ ਮੈਂ ਇੱਥੇ 80 ਤੇ ਮੋੜ ਕੇ ਦਿਖਾ ਦੂੰਗਾ ਉਹਦਾ ਮੇਰੇ ਹਿਸਾਬ ਨਾਲ ਵੀ 15,000 ਕੰਪਨੀ ਵਾਲੇ ਕਹਿੰਦੇ 15,000 ਦਾ ਤੇ ਇਹਦਾ ਜਿਹੜਾ ਰੀਨਲ ਆਹ 70,000 ਦਾ ਇਹ 70,000 ਦਾ ਹਾਂਜੀ ਬਈ ਇੰਨਾ ਮਹਿੰਗਾ ਮਿਊਜ਼ਿਕ ਸਿਸਟਮ ਇਸ ਗੱਡੀ 'ਚ ਲੱਗਿਆ ਆ ਹਨਾ ਚਾਰ ਸਪੀਕਰ ਆ ਬਈ ਸਾਰੀ ਕਾਰ 'ਚ ਸਾਰੀ ਕਾਰ 'ਚ ਫਿਰ ਆਪ ਲਵਾਉਣੇ ਪੈਂਦੇ ਹਾਂ ਆਪ ਹੁਣ ਮੈਂ 2 ਸਪੀਕਰ ਲਵਾਏ ਜੀ ਤੇ 2 ਵੂਫਰ ਲਵਾਏ ਆ ਸਾਰੀ ਕਾਰ ਦੀ ਆਪਾਂ ਡੈਂਪਿੰਗ ਕਰਵਾਈ ਜੀ ਉਹ ਮੈਨੂੰ ਸੁਣਨ 'ਚ ਆਇਆ ਕਹਿੰਦਾ ਯਾਰ ਇਹ ਗੱਡੀ ਥਕਾਉਂਦੀ ਵਾਲਾ ਆ ਜਦੋਂ ਲੰਬੇ ਸਫ਼ਰ 'ਤੇ ਜਾਂਦੇ ਇੱਦਾਂ ਗੱਲਬਾਤ ਹੈ ਕਿ ਨਹੀਂ ਨਹੀਂ ਬਈ ਉਹ ਤਾਂ ਬੰਦੇ ਦੇ ਸਿਰ 'ਤੇ ਆ ਮੈਂ 2 ਵਾਰੀ ਗੋਆ ਜਾਇਆ ਇਸੇ ਕਾਰ 'ਤੇ ਵੀ ਕਿਸੇ ਇੱਕ ਗੱਲ ਮੰਨ ਲਾ ਹੁਣ ਤੂੰ ਮੈਨੂੰ ਵਾਰ ਵਾਰ ਕਹੂੰਗਾ ਬਾਈ ਸਕਾਰਪੀਓ ਲੈਣੀ ਆ ਹੈ ਇਹ ਪਹਿਲਾਂ ਨਹੀਂ ਮੰਨਦੇ ਸੀ ਹੁਣ ਪਤਾ ਕੀ ਕਹਿੰਦਾ ਬਾਈ ਲੈ ਸਕਦੇ ਕਹਿੰਦਾ ਚਿੱਟੇ ਰੰਗ ਦੀ ਤਾਂ ਰੋਹ ਬਹੁਤ ਆ ਹਾਂਜੀ ਬਈ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਲਓ ਜੀ ਮਿੱਤਰੋ ਗੱਲਬਾਤ ਆਏ ਆ ਕਾਰਾਂ ਵਾਲੇ ਦਾ ਇੱਕ ਹੋਰ ਐਪੀਸੋਡ ਆ ਤੇ ਗੱਲ ਆਏ ਆ ਦੇਖੋ ਇਹ ਗੱਡੀ ਉਹ ਆ ਜਿਹਨੂੰ ਹਿੰਦੀ 'ਚ ਕਹਿੰਦੇ ਨੇ ਕਿ ਇਹ ਗੈਂਗਸਟਰੋਂ ਵਾਲੀ ਗਾੜੀ ਹੈ ਹੈ ਇਹਨੂੰ ਉਹ ਗੱਡੀ ਕਹਿ ਦਿੰਦੇ ਨੇ ਇਹ ਗੁੰਡਿਆਂ ਕੋਲੇ ਹੁੰਦੀ ਆ ਦੂਜੀ ਗੱਲ ਕਿ ਕਰੇ ਜੱਟਾਂ ਨੂੰ ਸਕਾਰਪੀਓ ਸੂਟ ਗੋਰੀਏ ਇਹੋ ਵਾਲੀ ਗੱਡੀ ਆ ਮਿੱਤਰੋ ਸਕਾਰਪੀਓ ਗੱਡੀ ਆ ਤੇ ਬਾਈ ਆਪਣੇ ਨਾਲ ਬਾਈ ਸ਼ਰਨ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਕਿਹਾ ਬਾਈ ਜੀ ਪਹਿਲਾਂ ਇਹ ਦੱਸ ਦਈਏ ਪਿੰਡ ਕਿਹੜੇ ਖੜੇ ਆ ਆਪਾਂ ਪਿੰਡ ਬਾਈ ਆਪਣਾ ਹੈਗਾ ਮਹੰਤਾਲ ਆ ਨੀਅਰ ਗੁਰੂ ਰਸਾਏ ਡਿਸਟ੍ਰਿਕਟ ਫਿਰੋਜ਼ਪੁਰ ਡਿਸਟ੍ਰਿਕਟ ਫਿਰੋਜ਼ਪੁਰ ਹੈ ਨਾ ਮੈਂ ਕਿਹਾ ਯਾਰ ਇਹ ਗੱਡੀ ਉਹ ਆ ਜਿਹਨੂੰ ਕਹਿੰਦੇ ਕਰੇ ਜੱਟਾਂ ਨੂੰ ਸਕਾਰਪੀਓ ਸੂਟ ਗੋਰੀਏ ਹੈ ਹਾਂਜੀ ਕਿ ਜਦੋਂ ਗਾਣੇ ਨਹੀਂ ਪੱਟਿਆ ਨਹੀਂ ਗਾਣੇ ਨੇ ਪੱਟੇ ਹੋ ਆ ਮੈਂ ਨਾ ਜਦੋਂ ਗੱਲ ਕਰਦਾ ਮੈਂ ਕਿਹਾ ਮਾਲਵੇ ਏਰੀਏ 'ਚ ਆਉਂਦੇ ਆ ਜਦੋਂ ਬਾਈ ਆਪਾਂ ਨਾ ਦੁਆਬੇ ਤੋਂ ਮਾਲਵੇ 'ਚ ਐਂਟਰ ਕਰਦੇ ਆ ਦਰਿਆ ਟੱਪਦੇ ਆ ਬਾਈ ਚਿੱਟੀਆਂ ਕਾਲੀਆਂ ਸਕਾਰਪੀਓ ਇੰਨੀਆਂ ਕੁ ਨੇ ਨਾ ਹਾਂਜੀ ਬਾਈ ਯਾਰ ਬਹੁਤ ਨੇ ਇਹਦਾ ਰੌਲਾ ਕੀ ਆ ਰੌਲਾ ਬਾਈ ਬਸ ਸੋਹਣੀ ਲੱਗਦੀ ਆ ਤੇ ਬਸ ਰੌਲਾ ਹੋਰ ਕੀ ਹੋਣਾ ਹੋਰ ਵੀ ਹੋਣੀ ਪੜਦਾ ਅੱਗੇ ਆਪਣੇ ਕੋਲ ਇੱਕ ਹੋਰ ਆ ਚਾਚੀ ਨੇ ਲਈ ਮਗਰ ਇਹ ਮੈਂ ਲੈ ਲਈ ਆਹਾ ਵਧੀਆ ਹੀ ਨਹੀਂ ਲੱਗਦੀ ਬਾਈ ਇਹ 'ਚ ਇਹੋ ਜਿਹਾ ਕੀ ਖਾਸ ਜਿਵੇਂ ਹੁਣ ਆਹ ਸਾਡਾ ਪਿੱਛੇ ਸ਼ੋਰ ਖੜੇ ਆ ਨਾ ਮੈਨੂੰ ਕਿਹਾ ਮੈਂ ਕਿਹਾ ਯਾਰ ਮੈਂ ਸਕਾਰਪੀਓ ਲੈਣੀ ਆ ਹੈ ਇਹ ਕਦੇ ਰੌਲਾ ਪਾਉਂਦੇ ਨੇ ਯਾਰ ਇਹ ਅਨਸੇਫ ਆ ਜੇ ਆ ਹੁਣ ਜਦੋਂ ਵੀਡੀਓ ਬਣਾਉਣ ਲੱਗੇ ਇੱਥੇ ਖੜੀ ਗੱਡੀ ਕਹਿੰਦਾ ਭਾਜੀ ਗੱਡੀ ਬਹੁਤ ਸੋਹਣੀ ਆ ਹੈ ਇਹਦਾ ਰੌਲਾ ਕੀ ਆ ਰੌਲਾ ਬਾਈ ਇੱਕ ਤਾਂ ਨਾ ਆਪਾਂ ਉੱਚੇ ਬਹਿੰਦੇ ਆ ਹਾਂ ਜਿੰਨੇ ਕੁ ਆਪਾਂ ਹੁਣ ਕਹਿ ਦਈਏ ਵੀ ਇੰਨੀ ਕੁ ਰੇਂਜ ਦੇ ਵਿੱਚ ਦੀ ਬੈਸਟ ਆ ਹੁਣ ਆਪਾਂ ਬਈ ਪਰਿਵਾਰ ਨਾਲ ਵੀ ਜਾਣਾ ਹਾਂ ਆਪਾਂ ਹੁਣ ਇਹਦੇ ਵਿੱਚ 4 ਜਣੇ ਬਹਿ ਗਏ ਪਿਛਲੀ ਸੀਟ ਤੁਸੀਂ ਕੱਢਤੀ ਜਿੰਨਾ ਮਰਜ਼ੀ ਤੁਸੀਂ ਸਮਾਨ ਲੱਦ ਲਓ ਉਹਦਾ ਕੋਈ ਇਸ਼ੂ ਨਹੀਂਗਾ ਹੁਣ ਕਈ ਯਾਰ ਪਰਿਵਾਰ ਨਾਲ ਜਾਣਾ ਪੈਂਦਾ ਤੇ ਬੰਦੇ ਵਧੀਆ ਕੰਫਰਟੇਬਲ ਜਾਂਦੇ ਆ ਹਾਂ ਐਂ ਨਹੀਂਗਾ ਵੀ ਹੁਣ ਆਪਾਂ ਪੈਸੇ ਵੀ ਲਾਏ ਆ ਅਕਸਰ ਆਪਣੀ ਹੱਕ ਸੱਚ ਦੀ ਕਮਾਈ ਆ ਆਪਣੀ ਕਿਹੜਾ ਕੋਈ ਉਵੇਂ ਆ ਹਾਂ ਤੇ ਫਿਰ ਠੀਕ ਆ ਫਿਰ ਤਾਂ ਠੀਕ ਆ ਯਾਰ ਹਨਾ ਕਿ ਇਹਦੇ ਵਿੱਚ ਐਂ ਤਾਂ ਨਹੀਂ ਕਹਿ ਸਕਦੇ ਚ ਘਾਟਵਾਦ ਕੋਈ ਗੱਡੀ 'ਚ ਲੱਗਦੀ ਹੋਊ ਘਾਟਵਾਦ ਬਈ ਠੀਕ ਆ ਜਿੰਨਾ ਕਹਿ ਦੋ ਮੈਂ ਕਹਿੰਦਾ ਹੁਣ ਕਿੰਨੇ ਕਦੋਂ ਤੋਂ ਚੱਲੀ ਜਾਂਦੀ ਆ
ਬਸ ਆਹੀ ਆ ਬਾਕੀ ਕਲਾਸਿਕ ਨਾਲੋਂ ਮੇਰੇ ਹਿਸਾਬ ਨਾਲ ਬਈ ਸੱਚੀ ਮੈਂ ਉਹੀ ਪੁੱਛਣ ਲੱਗਾ ਜਿਵੇਂ ਹੁਣ ਇਹ 11 ਆ ਹਨਾ S11 ਗੱਡੀ ਆ ਤੁਸੀਂ ਕਹਿੰਦੇ ਬਾਈ ਜੀ ਜਿਹੜੀ ਕਲਾਸਿਕ ਆ ਉਹਦੇ ਚ ਇੱਚ ਜ਼ਮੀਨ ਅਸਮਾਨ ਦਾ ਫਰਕ ਆ ਬਹੁਤ ਫਰਕ ਆ ਬਈ ਕਿਵੇਂ ਇੱਕ ਤਾਂ ਬਈ ਉਹਦਾ ਇੰਜਨ ਛੋਟਾ ਕਰਤਾ ਇਹਦੇ ਨਾਲੋਂ ਹਾਂਜੀ ਮੇਰੇ ਹਿਸਾਬ ਨਾਲ 100 BHP ਦਾ ਇੰਜਨ ਦਾ ਫਰਕ ਪਾਇਆ ਸਿੱਧਾ ਉਹ ਪੈ ਗਿਆ ਹਾਂਜੀ ਬਾਕੀ ਜਿਵੇਂ ਹੁਣ ਕ੍ਰੋਸ ਕਟਿੰਗ ਆ ਹੁਣ ਆ ਨਾ ਸਾਈਡ ਤੇ ਜਿਹੜਾ ਤੁਸੀਂ ਆਹ ਵੇਖ ਲਓ ਇੰਡੀਕੇਟਰ ਜਿਹੜਾ ORVM ਆਪਾਂ ਕਹਿ ਦਿੰਦੇ ਆ ਇੰਡੀਕੇਟਰ ਲੱਗਿਆ ਹੋਇਆ ਹਾਂ ਹੁਣ ਇਹਦੇ ਚੋਂ ਆਪਣਾ ਕਿੰਨਾ ਕ ਆਪਾਂ ਕਮਾ ਲਾਂਗੇ ਉਹ ਕੰਪਨੀ ਨੇ ਇਹ ਵੀ ਕਰਤਾ ਇਹਦੇ ਚੋਂ ਇੰਡੀਕੇਟਰ ਕੱਢਤਾ ਹਾਂਜੀ ਬੈਕ ਕੈਮਰਾ ਕਈ ਏਜੰਸੀਆਂ ਵਾਲੇ ਦੇ ਦਿੰਦੇ ਆ ਕਈ ਏਜੰਸੀਆਂ ਵਾਲੇ ਬੈਕ ਕੈਮਰਾ ਵੀ ਨਹੀਂ ਦਿੰਦੇ ਅੱਛਾ ਉਹ ਵੀ ਨਿਕਲ ਗਿਆ ਹਾਂਜੀ ਇੱਕ ਹੁਣ ਅੱਜ ਕੱਲ ਹਰੇਕ ਕੋਲ ਬਈ ਆਈਫੋਨ ਆ ਹਾਂ ਹੁਣ ਇਹਦੇ ਵਿੱਚ ਐਂਡਰੋਇਡ ਸੈਟਅਪ ਵੀ ਆ ਤੇ ਆਪਣਾ ਕਾਰ ਪਲੇ ਵੀ ਆ ਇਹਦੇ ਵਿੱਚ ਕੰਪਨੀ ਤੋਂ ਆਉਂਦਾ ਹਾਂਜੀ ਕੰਪਨੀ ਤੋਂ ਆਉਂਦਾ ਜਿਹਨੂੰ ਕਹਦੇ ਉਹ ਐਪਲ ਕਿਹੜਾ ਹੁੰਦਾ ਕਾਰ ਪਲੇ ਹੁੰਦਾ ਹਨਾ ਠੀਕ ਆ ਉਹ ਇਹਦੇ ਵਿੱਚ ਹੁਣ ਆਪਾਂ ਨੂੰ ਈਜ਼ੀ ਹੋ ਜਾਂਦਾ ਉਹ ਨੈਵੀਗੇਸ਼ਨ ਲਾਉਣਾ ਬਈ ਉਹ ਚ ਸਿੱਧਾ ਇਨਬਿਲਡ ਆਪਣਾ ਉਹਦੇ ਚ ਆ ਜਾਊਗਾ ਹੁਣ ਕਿਤੇ ਫੋਨ ਨਾਲ ਲਾਉਣਾ ਹੈ ਉਹ ਝੰਜਟ ਹੈ ਨਹੀਂਗਾ ਅੱਛਾ ਇਹਦੇ ਵਿੱਚ ਉਹ ਫੀਚਰ ਪਹਿਲਾਂ ਤੋਂ ਹਾਂਜੀ ਬਈ ਉਹਦੇ ਵਿੱਚ ਹੈ ਨਹੀਂ ਹਾਂਜੀ ਆਹਾਂ ਇਹਦੇ ਚ ਜਿਵੇਂ ਹੁਣ ਵੀ ਬੰਦ ਹੋ ਜਾਂਦੀ ਆਪੇ ਉਹਦੇ ਚ ਮੇਬੀ ਮੈਨੂੰ ਹਜੇ ਥੋੜਾ ਘੱਟ ਪਤਾ ਉਹ ਚ ਆਉਂਦਾ ਵੀ ਹੋਵੇ ਜਿਵੇਂ ਟ੍ਰੈਫਿਕ ਜਿਵੇਂ ਉਹ ਟ੍ਰੈਫਿਕ ਚ ਖੜੇ ਆਟੋਮੈਟਿਕ ਬੰਦ ਹੋਊਗੀ ਕਲੱਚ ਘੁੱਟਿਆ ਸਟਾਰਟ ਸੈਂਸਰਾਂ ਦਾ ਮੈਨੂੰ ਜ਼ਰੂਰ ਪਤਾ ਵੀ ਸੈਂਸਰਾਂ ਦਾ ਉਹਦੇ ਤੇ ਇਹਦੇ ਚ ਫਰਕ ਪਾਇਆ ਪਿਆ ਥੋੜਾ ਜਿਹਾ ਹੈਗਾ ਫਰਕ ਹਾਂਜੀ ਜਿਵੇਂ ਤੁਸੀਂ ਕਹਿੰਦੇ ਇਹਦੇ ਵਿੱਚ ਉਹ ਆ ਵੀ ਹੈਗਾ ਰੇਨ ਵਾਲਾ ਵੀ ਹੈਗਾ ਹਾਂਜੀ ਰੇਨ ਵਾਈਪਰ ਆਟੋ ਲੈਂਪ ਵੀ ਆ ਇਹਦੇ ਵਿੱਚ ਆਟ ਕੇ ਨੇਰਾ ਹੋ ਗਿਆ ਆਪੇ ਜਗਣਗੇ ਹਾਂਜੀ ਆਪੇ ਚੱਲਣਗੇ ਤੇ ਉਹਦੇ ਚ ਨਹੀਂ ਉਹਦੇ ਚ ਤੁਸੀਂ ਇਹ ਵੇਖੋ ਬਈ ਹੁਣ ਥੋੜੀਆਂ ਥੋੜੀਆਂ ਚੀਜ਼ਾਂ ਹੁਣ ਟਾਇਰਾਂ 에ਅਰ ਪ੍ਰੈਸ਼ਰ ਆ ਆਪ ਨੂੰ 에ਅਰ ਪ੍ਰੈਸ਼ਰ ਤਾਂ ਕਾਰ ਦੇ ਵਿੱਚ ਬੰਦੇ ਨੂੰ ਪਤਾ ਲੱਗਣਾ ਚਾਹੀਦਾ ਹਾਂ ਉਹਦੇ 'ਚ 에ਅਰ ਪ੍ਰੈਸ਼ਰ ਵੀ ਨਹੀਂ ਦੱਸਦੀ ਅੱਛਾ ਜੇ ਟਾਇਰਾਂ ਦੇ ਵਿੱਚ ਤੁਹਾਡੇ ਕਿੰਨੀ ਹਵਾ ਆ ਹਾਂਜੀ ਇਹ ਦੱਸਦੀ ਆ ਹਾਂਜੀ ਜਿਹੜਾ ਤੁਸੀਂ ਇਹ ਤੋਂ S10 ਪਹਿਲਾਂ ਵਾਲੀ ਹੁੰਦੀ ਸੀ ਨਾ ਇਹ S11 ਹੈ ਜਿਹੜੀ S10 ਆਉਂਦੀ ਸੀ ਉਹ ਤੁਹਾਨੂੰ ਟੈਂਪਰੇਚਰ ਵੀ ਦੱਸਦੀ ਤੁਹਾਡੇ ਟਾਇਰ ਦਾ ਟੈਂਪਰੇਚਰ ਕਿੰਨਾ ਉੱਥੇ ਵਿੱਚ ਆ ਚੀਜ਼ ਵੀ ਸੀ ਹਾਂਜੀ ਬਈ ਅੱਛਾ ਇਹਦੇ ਵਿੱਚ ਉਹ ਹੈ ਨਹੀਂ ਇਹਦੇ 'ਚ ਹੈ ਨਹੀਂ ਪਰ ਇਹ ਪ੍ਰੈਸ਼ਰ ਦੱਸਦੀ ਆ ਅੱਛਾ ਇਹ ਰੇਂਜ ਵੀ ਦੱਸ ਦੂਗੀ ਵੀ ਇੰਨੇ ਕਿਲੋਮੀਟਰ ਤੋਂ ਦੀ ਜਾਊਗੀ ਇੰਨੀ ਦੀ ਐਵਰੇਜ ਦੇਈ ਜਾਂਦੀ ਆ ਉਹ ਚੋਂ ਵੀ ਹੈ ਅੱਛਾ ਇਹ ਵੀ ਫਰਕ ਹੈਗਾ ਆ ਹਨਾ ਇੰਜਣ ਇਹ ਐਮ ਹੌਕ ਨੇ ਹਾਂਜੀ ਹਾਂ ਅੱਛਾ ਵੈਸੇ ਬਈ ਉਦਾਂ ਨਾ ਜਦੋਂ ਸਕਾਰਪੀਓ ਦੇਖਦੇ ਆ ਪੂਰੇ ਮਾਲਵੇ ਦੇ ਵਿੱਚ ਯਾਰ ਮੈਕ ਹਰੇਕ ਨੇ ਸਕਾਰਪੀਓ ਨੂੰ ਪਾਏ ਨੇ ਹਾਂ ਹਾਂਜੀ ਇਹ ਬਈ ਹੁਣ ਜੱਚਦੀ ਆਏ ਆ ਬਈ ਹੁਣ ਜੇ ਸਾਨੂੰ ਕਾਰ ਆ ਹਾਂ ਸਕਾਰਪੀਓ ਬਿਨਾਂ ਲਾਏ ਤੋਂ ਮੈਂ ਕਹਿੰਦਾ ਵੀ ਨਹੀਂ ਜੱਚਦੀ ਗੀ ਉਹ ਤਾਂ ਐਂ ਲੱਗਦਾ ਵੀ ਭਲਵਾਨ ਦੇ ਚੋਰ ਪਤਰੀਆਂ ਹੀ ਆ ਲੱਤਾਂ ਨਹੀਂ ਹੁੰਦੀਆਂ ਹੈਗੀਆਂ ਹਾਂ ਇਹ ਤਾਂ ਇਹ ਬਈ ਇਹ ਤਾਂ ਜ਼ਰੂਰੀ ਆ ਇਹਦਾ ਨਾ ਕੰਪਲਸਰੀ ਆ ਹਾਂ ਇਹ ਕੰਪਲਸਰੀ ਆ ਹਾਂਜੀ ਬਈ ਤੇ ਇਹ ਜਿਵੇਂ ਇੱਕ ਹੁੰਦਾ ਨਾ ਕਿ ਆਪਾਂ ਸਪੇਸਰ ਪਾ ਕੇ ਚਾੜਦੇ ਨਹੀਂ ਨਹੀਂ ਬਈ ਇਹ ਸਿੱਧੇ ਚੜ ਗਏ ਇਹ ਸਿੱਧੇ ਬਈ ਲੱਗੇ ਆ ਜੀ ਤੇ ਇਹਦਾ ਤੇ ਉਹਦਾ ਫਰਕ ਕੀ ਹੁੰਦਾ ਚਲਾਵੇ ਦਾ ਬਈ ਹੁਣ ਆਪਾਂ ਨੂੰ ਇੰਨੇ ਆਪਣੇ ਟੈਕਨੀਕਲ ਤਾਂ ਬਾਹਲੀ ਨੌਲੇਜ ਹੈ ਨਹੀਂ ਆਪਾਂ ਤਾਂ ਜਿਵੇਂ ਸਿੱਧੇ ਵੀ ਆਪਾਂ ਨੂੰ ਨਾ ਤਾਂ ਬਬਲਿੰਗ ਬਈ ਕਰਦੀ ਹੈ ਅਲਾਈਨਮੈਂਟ ਸਹੀ ਆਪਾਂ ਟਾਈਮ ਤੇ ਕਰਵਾਈ ਹੋਵੇ ਹਾਂ ਤੇ ਬਬਲਿੰਗ ਜਮਾ ਨਹੀਂ ਕਰਦੀ ਕਾਰ ਜੇ ਉਹ ਵੀ ਆਪਾਂ ਅਲਾਈਨਮੈਂਟ ਬਾਹਰੋਂ ਕਿਸੇ ਉਹੋ ਜਿਹੇ ਬੰਦੇ ਤੋਂ ਕਰਾ ਲਈ ਫਿਰ ਬਬਲਿੰਗ ਕਰਨੀ ਫਿਰ 80 ਦੇ ਵੀ ਸਟੀਅਰਿੰਗ ਜਿਵੇਂ ਆਪਾਂ ਕਹਿੰਦੇ ਕਿ ਯਾਰ ਟਾਇਰ ਦਾ ਨੰਬਰ ਆਪਾਂ ਚੇਂਜ ਕਰ ਦਿੰਦੇ ਨਾ ਗੱਡੀ ਦੇ ਚਲਾਵੇ 'ਚ ਫਰਕ ਪੈਂਦਾ ਐ ਮਾਲੂਮ ਹੁੰਦਾ ਨਹੀਂ ਬਈ ਉਨੀ ਮੈਂ ਤਾਂ ਕਹਿੰਦਾ ਵੀ ਜਿੱਡਾ ਚੌੜਾ ਟਾਇਰ ਆ ਉਨੀ ਕਾਰ ਜੰਮ ਕੇ ਚੱਲਦੀ ਆ ਹਾਂ ਵੀ ਜਿੱਥੋਂ ਮਰਜੀ ਆ ਹੁਣ ਇੱਥੋਂ ਮੋੜ ਮੋੜਨਾ ਹੋਵੇ ਕਿਤੇ ਆਪਾਂ ਡਰੀ ਜਾਣਾ ਆਪਾਂ 40 ਤੇ ਵੀ ਡਰੀ ਜਾਣਾ ਤੇ ਹੁਣ ਇਹੀ ਮੋੜ ਮੈਂ ਇੱਥੇ 80 ਦੇ ਮੋੜ ਕੇ ਦਿਖਾ ਦੂੰਗਾ ਬੰਦੇ ਥੋੜਾ ਜਿਹਾ ਆ ਜਾਂਦਾ ਸਟੀਅਰਿੰਗ ਭਾਰਾ ਹੋ ਗਿਆ ਹਾਂ ਤੇ ਥੋੜਾ ਬੰਦੇ ਨੂੰ ਕੰਫੀਡੈਂਸ ਵੱਧ ਜਾਂਦਾ ਹਾਂਜੀ ਅੱਛਾ ਇਹ ਵੀ ਬੈਨੀਫਿਟ ਹੈਗਾ ਇਹਦਾ ਹੈਗਾ ਆਹ ਇੱਕ ਤਾਂ ਇਹ ਫਰਕ ਹੋ ਗਿਆ ਤੇ ਐਵਰੇਜ ਕੀ ਫਰਕ ਪੈਂਦਾ ਹੋਊ ਸਕਾਰਪੀਓ ਨੂੰ ਬਈ ਜੇ ਤਾਂ ਚਲਾਈਏ ਸਹੀ ਆਪਾਂ ਨਾਰਮਲ ਆਪਾਂ ਵੀ ਜਿਵੇਂ ਕਹਿ ਦਈਏ ਪੰਜਾਬੀ ਚ ਬੰਦੇ ਵਾਂਗੂ ਹਾਂ ਫਿਰ ਤਾਂ ਦਿੰਦੀ ਹੈ 17 ਪਲੱਸ ਇਹ ਹਾਂਜੀ ਬਈ ਅੱਛਾ ਮੇਰੇ ਕੋਲ 20 ਤੇ ਤਾਂ ਮੈਂ ਫੋਟਵਾਂ ਮੇਬੀ ਉਹ ਸਪੀਡੋਮੀਟਰ ਦਿਖਾਉਂਦਾ ਬਈ 20 ਦੀ ਐਵਰੇਜ 20 ਦੀ ਤਾਂ ਕਿੱਥੇ ਦਿੰਦੀ ਹੋਣੀ ਇਹ ਕਿਹੜਾ ਸਵਿਫਟ ਆ ਬਾਕੀ 17 ਦੀ ਐਵਰੇਜ ਤਾਂ ਇਹ ਦਿੰਦੀ ਆ 17 ਦੀ ਐਵਰੇਜ ਇਹ ਕੱਢਦੀ ਆ ਹਾਂਜੀ ਕੱਢਦੀ ਆ ਬਾਈ ਤੇ ਜਦੋਂ ਆਪਾਂ ਕਹਿ ਦਈਏ ਵੀ ਆਪਾਂ ਥੋੜੀ ਜਿਹੀ ਰਫ ਚਲਾ ਲਈਏ ਉਦੋਂ 8 ਤੇ ਆ ਜਾਂਦੀ ਆ ਉਦੋਂ 8 ਤੇ ਆ ਜੂ ਹਨਾ ਤੇ ਦੂਜਾ ਬਾਈ ਐਵਰੇਜ ਦੀ ਗੱਲ ਕਰਦੇ ਸੀ ਆਪਾਂ ਕਿ 16 17 ਦੀ ਐਵਰੇਜ ਇਹ ਦਿੰਦੀਆਂ ਹੈ ਹਨਾ ਆਹਾ ਬਾਕੀ ਆਏ ਆ ਬਾਈ ਠੀਕ ਆ ਕੰਫਰਟੇਬਲ ਵੀ ਜਾਂਦੇ ਆ ਸੇਫਟੀ ਵੀ ਆਪਾਂ ਨੂੰ ਹੁਣ ਬੰਦੇ ਨੂੰ ਵਿੱਚ ਬੈਠਣ ਹੌਸਲਾ ਹੀ ਬੜਾ ਹੁੰਦਾ ਵੀ ਉੱਚੀ ਕਾਰ ਦੇ ਵਿੱਚ ਬੈਠੇ ਆ ਕਿਸ ਸਕਾਰਪੀਓ 'ਚ ਬੈਠੇ ਹੋ ਜਿਵੇਂ ਬਾਈ ਆਪਾਂ ਅੰਦਰ ਆਉਂਦੇ ਨਾ ਤੁਸੀਂ ਮੈਨੂੰ ਇੱਕ ਚੀਜ਼ ਦੱਸਦੇ ਸੀਗੇ ਕਿ ਯਾਰ ਇਹ ਤੇ ਜਿਹੜੀ ਹੁਣ ਆਉਂਦੀ ਆ ਅੰਦਰੋਂ ਵੀ ਫਰਕ ਹੈਗਾ ਗੱਡੀਆਂ 'ਚ ਹਾਂਜੀ ਬਾਈ ਹੁਣ ਇਹਦੇ ਵੇਖੋ ਵੀ ਆਹ ਲੈਦਰ ਸੀਟਸ ਆ ਆਹਾ ਹਾਂਜੀ ਉਹਦੇ ਦੂਜੀਆਂ ਕੱਪੜੇ ਵਾਲੀਆਂ ਆਉਂਦੀਆਂ ਉਹ ਜਿਹੜਾ ਉਹ ਡਿਜ਼ਾਈਨ ਜਿਹਾ ਬਣਿਆ ਹੋਇਆ ਹਾਂਜੀ ਬਾਈ ਅੱਛਾ ਉਹ 'ਚ ਇਹ ਫਰਕ ਆ ਹਾਂਜੀ ਨਹੀਂ ਇਹ ਇਦਾਂ ਕਿ ਟੌਪ ਮਾਡਲ ਦੇ ਵਿੱਚ ਵੀ ਇਦਾਂ ਆਉਂਦੀਆਂ ਹੋਣਗੀਆਂ ਜਿਹੜੀ ਤਾਂ ਬਾਈ ਜਿਹੜੀ ਇੱਕ ਤਾਂ ਹੁੰਦੀ ਹੈ ਕਲਾਸਿਕ ਇੱਕ ਸਿੰਪਲ ਆ ਅੱਛਾ ਕਲਾਸਿਕ S11 ਤੇ ਇੱਕ ਕੱਲੀ ਕਲਾਸਿਕ ਆ ਜਿਹੜੀ ਕੱਲੀ ਕਲਾਸਿਕ ਉਹ ਤਾਂ ਬੇਸ ਮਾਡਲ ਹੀ ਆ ਉਹ ਤਾਂ ਤੁਸੀਂ ਆਹ ਵੀ ਦੂਜੇ ਆਉਣਗੇ ਜਿਹੜੇ ਬਿਨਾ ਰੰਗ ਕਾਲੇ ਰੰਗ ਦੇ ਹਨਾ ਤੇ ਜਿਹੜੀ ਟੌਪ 'ਚ ਆਉਂਦੀ ਆ ਉਹਦੇ ਹੁਣ ਸੀਟ ਕਵਰਾਂ 'ਚ ਵੀ ਫਰਕ ਆ ਉਹਦੇ ਦੂਜੇ ਕੱਪੜੇ ਜਿਹੇ ਵਾਲੇ ਦਿੱਤੇ ਹੋਏ ਆ ਆਹ ਵੇਖੋ ਜੀ ਇਹਦਾ ਜਿਹੜਾ ਇਨਫੋਟੇ
ਤੁਸੀਂ ਕਹਿੰਦੇ ਆ ਬਈ ਯਾਰ ਇੱਕ ਤਾਂ ਦੇਖਣ ਨੂੰ ਫਰਕ ਆ ਕਿ ਮੁੱਲ ਦੇ ਵਿੱਚ ਵੀ ਫਰਕ ਆ? ਮੁੱਲ ਦੇ ਵਿੱਚ ਵੀ ਬਈ ਫਰਕ ਆ। ਕਿੰਨਾ ਕਾ? ਮੇਰੇ ਹਿਸਾਬ ਨਾਲ ਵੀ 50,000 ਦਾ ਫਰਕ ਹੋਊਗਾ ਬਈ ਮਿਊਜ਼ਿਕ ਸਿਸਟਮ ਦੇ ਵਿੱਚ। ਹਾਂਜੀ ਬਈ। ਹਾਂ ਹੁਣ ਇਹ 70,000 ਦਾ ਏਜੰਸੀ ਵਾਲਿਆਂ ਨੇ ਮੈਨੂੰ ਕਿਹਾ ਵੀ ਇਹ 70,000 ਦਾ, ਉਹ ਜਿਹੜਾ ਉਹ ਆਪਾਂ ਕਾਰ 'ਚ ਵੀ ਲਵਾਇਆ, ਜੇ ਆਪਾਂ ਬਾਹਰੋਂ ਵੀ ਲਵਾਈਏ ਤਾਂ ਮੇਰੇ ਹਿਸਾਬ ਨਾਲ ਵੀ 10,000 ਰੁਪਏ ਦਾ ਵਧੀਆ ਕਾਰ ਪਲੇ ਵੀ ਆ। ਹੁਣ ਤਾਂ ਚਲੋ ਇਹ 'ਤੇ ਤਾਰ ਲਾਉਣੀ ਪੈਂਦੀ, ਤਾਂ ਅੱਜ ਕੱਲ੍ਹ ਤਾਂ ਬਿਨਾਂ ਬਲੂਟੁੱਥ ਤੋਂ ਹੀ ਉਹ ਵੀ ਹੋ ਜਾਂਦੇ ਆ। ਹਾਂ ਉਹਦਾ ਮੇਰੇ ਹਿਸਾਬ ਨਾਲ ਵੀ ਉਹ 15,000 ਕੰਪਨੀ ਵਾਲੇ ਕਹਿੰਦੇ 15,000 ਦਾ, ਅਤੇ ਇਹਦਾ ਜਿਹੜਾ ਰੀਜਨਲ ਆਹ 70,000 ਦਾ। ਇਹ 70,000 ਦਾ? ਹਾਂਜੀ ਬਈ। ਇੰਨਾ ਮਹਿੰਗਾ ਮਿਊਜ਼ਿਕ ਸਿਸਟਮ ਇਸ ਗੱਡੀ 'ਚ ਲੱਗਿਆ ਹੈ ਹਨਾ, ਤੇ ਫਿਰ ਇਹਦੇ ਨਾਲ ਸਪੀਕਰ ਕਿੰਨੇ ਦੇ ਦਿੰਦੇ ਹੋਣਗੇ? ਇਹਨਾਂ ਬਈ ਸਪੀਕਰਾਂ ਵੱਲੋਂ ਤਾਂ ਮਿਊਜ਼ਿਕ ਸਿਸਟਮ ਊਂ ਠੀਕ ਆ, ਜੇ ਤਾਂ ਆਪਾਂ ਥੋੜ੍ਹੀ ਆਵਾਜ਼ 'ਤੇ ਚਲਾਉਣਾ ਫਿਰ ਠੀਕ ਆ, ਬਾਕੀ ਕੋਈ ਬਾਹਲੇ ਆਪਾਂ ਕਹਿ ਦਈਏ ਵੀ ਚੰਗੇ ਨਹੀਂ ਗੇ। ਹੁਣ ਮਗਰਲੀ ਸੀਟ ਲੱਗੀ ਆ, ਹਾਂ ਤੁਹਾਨੂੰ ਆਵਾਜ਼ ਅਗਲੇ ਸਪੀਕਰਾਂ ਦੀ ਆਉਣੀ ਹੈ, ਜਿੰਨੀ ਕੁ ਆਉਣੀ ਹੈ ਮਗਰਲੇ ਸਪੀਕਰ ਤਾਂ ਪਿੱਛੇ ਹੀ ਰਹਿ ਜਾਂਦੇ ਆ। 4 ਸਪੀਕਰ ਆ ਬਈ ਸਾਰੀ ਕਾਰ 'ਚ। ਸਾਰੀ ਕਾਰ 'ਚ ਫਿਰ ਆਪ ਲਵਾਉਣੇ ਪੈਂਦੇ? ਹਾਂ ਆਪ। ਹੁਣ ਮੈਂ 2 ਸਪੀਕਰ ਲਵਾਏ ਜੀ ਅਤੇ 2 ਵੂਫਰ ਲਵਾਏ ਆ, ਸਾਰੀ ਕਾਰ ਦੀ ਆਪਾਂ ਡੈਂਪਿੰਗ ਕਰਵਾਈ ਜੀ, ਤਾਂ ਇਹ ਆਵਾਜ਼ ਘਟ ਗਈ, ਤਾਂ ਗੱਡੀ ਭਾਰੀ ਲੱਗਦੀ ਆ ਫੜਨੇ ਨੂੰ ਥੋੜੀ, ਹੈ ਨਾ? ਹਾਂਜੀ। ਅੱਛਾ ਇਹਦਾ ਬਾਈ ਉਦਾਂ ਕੀ ਬੈਨੀਫਿਟ ਹੁੰਦਾ ਡੈਂਪਿੰਗ ਕਰਾਉਣ ਦਾ ਗੱਡੀ 'ਚ, ਆਪਾਂ ਚਲਾਵੇ 'ਚ ਕਹਿੰਦੇ ਜਾਂ ਬੈਠ ਕੇ ਫੀਲਿੰਗ ਹੀ ਆਉਂਦੀ? ਇੱਕ ਨਾ ਬਈ ਜਿਵੇਂ ਹੁਣ ਅੱਗੇ ਬਾਹਰੋਂ ਆਵਾਜ਼ ਬੂਜ ਆਉਂਦੀ ਆ, ਥੋੜਾ ਇਹ ਆਵਾਜ਼ ਦਾ ਫਰਕ ਪੈ ਜਾਂਦਾ ਅੰਦਰਲੀ ਅੰਦਰ। ਜਿਵੇਂ ਹੁਣ ਕਈਆਂ ਨੂੰ ਹੁੰਦਾ ਸ਼ੌਂਕ ਵੀ ਚਲੋ ਆਪਾਂ ਸਿਸਟਮ ਲਾਇਆ, ਪਤਾ ਲੱਗੇ ਵੀ ਸਿਸਟਮ ਲੱਗਿਆ, ਆਪਾਂ ਨੂੰ ਸ਼ੌਂਕ ਆ ਬਈ ਵੀ ਅੰਦਰ ਕੈਬਿਨ ਦੇ ਵਿੱਚ ਵਧੀਆ ਰਹੇ, ਬਾਹਰ ਕਿਸੇ ਨੂੰ ਪਤਾ ਹੀ ਨਹੀਂ ਲੱਗੇ ਵੀ ਕਿੰਨਾ ਕਾ। ਹਾਂ ਆਹ ਚੀਜ਼ ਦਾ ਬਈ ਇਹ ਕੈਬਿਨ ਦੇ ਵਿੱਚ ਹੀ ਆਵਾਜ਼ ਰਹੂਗੀ ਆਪਣੀ, ਬਾਹਰ ਨਹੀਂ ਜਾਂਦੇ। ਇੱਕ ਨਾ ਬਾਈ ਦੀ ਮੈਂ ਹੁਣ ਮੈਨੂੰ ਨਹੀਂ ਪਤਾ ਇਹ ਗੱਲ ਸੱਚ ਆ ਕਿ ਨਹੀਂ, ਇੱਕ ਬਾਈ ਕੋਲੇ ਸਕਾਰਪੀਓ ਸੀਗੀ ਯਾਰ, ਉਹ ਮੈਨੂੰ ਸੁਣਨ 'ਚ ਆਇਆ ਕਹਿੰਦਾ ਯਾਰ ਇਹ ਗੱਡੀ ਥਕਾਉਂਦੀ ਵਾਲਾ ਆ ਜਦੋਂ ਲੰਬੇ ਸਫ਼ਰ 'ਤੇ ਜਾਂਦੇ, ਇੱਦਾਂ ਗੱਲਬਾਤ ਹੈ ਕਿ ਨਹੀਂ? ਨਹੀਂ ਬਾਈ ਉਹ ਤਾਂ ਬੰਦੇ ਦੇ ਸਿਰ 'ਤੇ, ਮੈਂ 2 ਵਾਰੀ ਗੋਆ ਜਾਇਆ ਇਸੇ ਕਾਰ 'ਤੇ, ਇਸੇ ਗੱਡੀ 'ਤੇ। ਹਾਂਜੀ ਆਹਾਂ ਬਈ ਇਹ ਤਾਂ ਬੰਦੇ ਦੇ ਸਿਰ 'ਤੇ ਆ, ਇੱਕ ਮੈਟਰ ਕਰਦਾ ਬਈ ਤੁਹਾਡੇ ਨਾਲ ਬੰਦਾ ਕਿਹੜਾ ਬੈਠਾ। ਹਾਂ ਜਿਨ੍ਹਾਂ ਨਾਲ ਮੋਹ ਪਿਆਰਾ, ਜੇ ਉਹ ਕਾਰ ਬਈ ਬੈਠੇ ਨਾ ਬਈ, ਪਹਿਲੀ ਵਾਰ ਅਸੀਂ ਗਏ ਗੋਆ, ਤੁਸੀਂ ਮੰਨਣਾ ਮਹਿੰਦਰਾ ਦੀ ਬਰੀਟੋ ਕਾਰ ਆਉਂਦੀ ਹੁੰਦੀ ਸੀ ਨਾ, ਅਸੀਂ ਉੱਥੇ ਜਾ ਕੇ ਆਏ, ਉਹ ਤੰਗ ਜੀ ਆ ਥੋੜੀ, ਹੈ ਨਾ? ਹਾਂ ਗੱਡੀਆਂ ਨਹੀਂ ਮੈਟਰ ਕਰਦੀਆਂ ਬਈ, ਜਿਹੜੇ ਨਾਲ ਵਿੱਚ ਬੰਦੇ ਬੈਠੇ ਨਾ ਮੈਟਰ ਉਹ ਕਰਦੇ ਆ। ਵੀ ਜਿਹਦੇ ਬੰਦੇ, ਜੇ ਤੁਹਾਡੀ ਕੰਪਨੀ ਵਧੀਆ, ਮੈਂ ਕਹਿੰਦਾ ਬਈ ਹੁਣ ਆਪਣਾ ਜੇ ਆਪਾਂ ਨੂੰ ਕੋਈ ਸਾਈਕਲ ਤੇ ਵੀ ਲੈਣਾ ਗਿਆ ਨਾ, ਜੇ ਬੰਦੇ ਨਾਲ ਮੂੰਹ ਪਿਆਰ ਆਪਾਂ ਸਾਈਕਲ ਤੇ ਵੀ ਜਾਂਦੇ ਰਹਾਂਗੇ, ਚਾਹੇ ਕੋਈ ਫੋਰਚੂਨਰ ਤੇ ਵੀ ਆਏ, ਜੇ ਨਹੀਂ ਬਣਦੇ ਤਾਂ ਬਾਈ ਜੀ ਨਹੀਂ ਜਾਣਾ। ਹਾਂ ਇਹ ਤਾਂ ਗੱਲ ਹੈ, ਜਿੱਥੇ ਆ ਪਿਆਰ ਆ ਭੁੰਜੇ ਵੀ ਪੈ ਜਾਂਗੇ, ਲੜ ਵੀ ਪਵਾਂਗੇ ਕਿਸੇ ਨਾਲ, ਜਿੱਥੇ ਨਹੀਂ ਪਿਆਰ ਬਈ ਉੱਥੇ ਆਪਾਂ ਨਾ ਥੋੜਾ ਜਿਹਾ ਦੂਰ ਹੀ ਸਤਿ ਸ੍ਰੀ ਅਕਾਲ ਠੀਕ ਲੱਗਦੀ ਆ। ਹਾਂ ਤੇ ਗੱਲ ਬਾਤ ਇਹ ਆ ਕਿ ਕੰਫਰਟੇਬਲ ਹੈਗੀ ਹੈ ਗੱਡੀ, ਕਿ ਜੇ ਨਾਲ ਭਾਈ ਉਦਾਂ ਦੇ ਬੰਦੇ ਬੈਠੇ ਨਹੀਂ। ਹਾਂ ਜੇ ਬਈ ਕੰਪਨੀ ਮੈਟਰ ਕਰਦੀ ਆ, ਸੋਹਣੀਆਂ ਵੀ ਲੱਗਦੀਆਂ ਉਦੋਂ ਇਹ ਨਵੀਆਂ ਨਵੀਆਂ ਆਈਆਂ ਜਿਵੇਂ ਸੀਗੀਆਂ, ਕੈਪਟਨ ਸੀਟਾਂ ਦਾ ਸ਼ੌਂਕ ਆ। ਹੁਣ ਮਗਰਲੀ ਸੀਟ ਆ ਬਈ ਲਾਹ ਵੀ ਦਿੰਦੇ ਆ, ਉਹ ਜਿਵੇਂ ਹੁਣ ਉਹ ਦੂਜੀਆਂ, ਜੇ ਇਹਦੀ ਮੈਂ ਲੰਮੀ ਸੀਟ ਲੈਂਦਾ ਉਹਦੇ ਦੂਜੀਆਂ ਹੋਣਗੀਆਂ ਸਾਈਡ ਤੋਂ ਸੀਟਾਂ ਆਈਆਂ। ਅੱਛਾ ਉਹ ਐਂ ਲੱਗਦਾ ਜਿਵੇਂ ਉਹ ਆਪਣੇ ਨਹੀਂ ਹੁੰਦੀਆਂ। ਸਾਰੇ ਗਲਾਸ ਗਲੂਸ ਲੈ ਕੇ ਤਾਂ ਲਵਾਇਆ ਸੀਗਾ। ਅੱਛਾ ਅੱਛਾ, ਵੈਸੇ ਇੱਕ ਚੀਜ਼ ਆ ਯਾਰ, ਜਿੰਨੀ ਇਹ ਗੱਡੀ ਮੈਨੂੰ ਬਾਕੀਆਂ ਦਾ ਤਾਂ ਨਹੀਂ ਪਤਾ, ਜਿੱਦਾਂ ਜਿੱਦਾਂ ਇਹ ਗੱਡੀ ਨੂੰ ਦੇਖਦੇ ਰਹਿੰਦੇ ਆ, ਸਾਫ ਸੁਥਰੀ ਰੱਖਦਾ, ਸਵਾਰ ਕੇ ਰੱਖਦਾ, ਹੈਨਾ? ਤੁਸੀਂ ਰੋਡ ਤੇ ਕਿਤੇ ਵੀ ਜਾਂਦੇ ਹੋਵੋ, ਜਿੱਥੇ ਤੁਸੀਂ ਗੱਡੀ ਖੜੀ ਕਰਦੇ, 4 ਬੰਦੇ ਪੁੱਛਦੇ ਜ਼ਰੂਰ ਹੁੰਦੇ ਬਈ ਗੱਡੀ ਦੇ ਧੌਣ ਮੁੜਦੀ ਤਾਂ ਹੈਗੀ ਆ, ਜਦੋਂ ਕਾਰ ਲੰਘਦੀ ਨਾ ਧੌਣ ਤਾਂ ਅਗਲੇ ਦੀ ਮੁੜਦੀ ਆ, ਚਾਹੇ ਜਿਹੜਾ ਬੰਦਾ ਆਪਣੇ ਤੋਂ ਜੈਲਸੀ ਕਰਦਾ ਉਹਦੀ ਵੀ ਧੌਣ ਤਾਂ ਇਹ ਮੜਾਊਗੀ। ਇਹ ਉਹ ਗੱਡੀ ਆ ਜਿੱਥੋਂ ਲੰਘੋਗੇ ਧੌਣ ਤਾਂ ਅਗਲੇ ਦੀ ਮੁੜੂਗੀ। ਇੱਕ ਇਹ ਹੁਸਨ ਇੰਨਾ ਇਸ ਗੱਡੀ ਦਾ, ਹੈਨਾ? ਤੇ ਯਾਰ ਜਦੋਂ ਇੰਨਾ ਹੁਸਨ ਗੱਡੀ ਚੱਕੀ ਫਿਰ ਨਾ, ਲੋਕ ਪੁੱਛਦੇ ਜ਼ਰੂਰ ਹੁੰਦੇ ਬਾਈ ਦੇਣੀ ਆ। ਮੈਨੂੰ ਵੀ ਬਾਈ ਤੁਹਾਨੂੰ ਦੱਸਦਾ, ਏਜੰਸੀ ਵਾਲਿਆਂ ਦਾ ਮੈਨੂੰ ਕਾਲ ਆਈ, ਇਹ ਹੁਣ ਜਿਵੇਂ ਜਿਹੜੀ ਕਲਾਸਿਕ S11 ਆ ਉਹਦਾ ਰੇਟ 17.5 ਆ ਗਿਆ ਸੀਗਾ। ਇਹਦਾ ਰੇਟ ਜਦੋਂ ਇਹ S11 ਬੰਦ ਹੋਈ ਆ, ਇਸ ਲੋਗੋ ਵਾਲੀ, ਇਹਦਾ ਰੇਟ ਸੀਗਾ 21,83,000। ਇਹ ਮਹਿੰਗੀ ਸੀ ਉਹਦੇ ਨਾਲੋਂ? ਹਾਂਜੀ ਹਾਂ। ਮੈਨੂੰ 19,50,000 ਰੁਪਏ ਦੀ ਏਜੰਸੀ ਵਾਲੇ ਕਹਿੰਦੇ ਵੀ ਕਾਰ ਦੇ ਦਿਓ, ਤੁਸੀਂ ਥਾਰ ਲੈ ਜਾਓ ਅਤੇ ਜਿਹੜਾ ਐਕਸਟਰਾ ਪੈਸੇ ਆ ਉਹ ਤੁਸੀਂ ਵਿੱਚ ਉਹਦੇ ਐਡਜਸਟ ਕਰਾ ਲਓ, ਜੇ ਵਿੱਚ ਕੁਛ ਨਾ ਕੁਛ ਲਵਾ ਲਓ ਜੀ। ਅੱਛਾ, ਮਤਲਬ ਕਿ ਗੱਡੀ ਨਵੀਂ ਸੀਗੀ, ਨਵੀਂ ਦਾ ਨਵੀਂ ਨਾਲੋਂ ਵੱਧ ਮੁੱਲ ਮਿਲਦਾ? ਹਾਂਜੀ ਬਾਈ। ਹਾਂ ਜਦੋਂ ਇਹ ਬੰਦ ਹੋਈ 21,83,000 ਦੀ ਬੰਦ ਹੋਈ ਆ, ਮਤਲਬ ਇਸ ਗੱਡੀ ਦੇ ਵਿੱਚ ਉਹਦੇ ਨਾਲੋਂ ਜਿਹਨੂੰ ਕਹਿ ਦੀ ਗੁਣ ਵੱਧ ਨੇ। ਹਾਂਜੀ ਬਾਈ।
ਫੀਚਰ ਵੱਧ ਨਹੀਂ ਇਹ ਬਾਕੀ ਹੈ ਬਈ ਜੇ ਸਾਂਭ ਸੰਭਾਲ ਕੀਤੀ ਹੈ ਨਾ ਕਾਰ ਕੋਈ ਵੀ ਹੈ ਉਹ ਬੰਦੇ ਦੀ ਐਫਰਟ ਹੀ ਹੁੰਦੀ ਹੈ ਜੇ ਬੰਦੇ ਨੇ ਸਾਂਭ ਕੇ ਰੱਖੀ ਆ ਤਾਂ ਉਹਨੇ ਦੀ ਜਾਊਗੀ ਜਾਊਗੀ ਉਹਦਾ ਕਿੰਨੇ ਕੁ ਜਾਣੇ ਹੁਣ ਮੰਗਦੇ ਆ ਰੋਡ ਤੇ ਤਾਂ ਤੁਰੇ ਜਾਂਦੇ ਗੱਡੀ ਕਈ ਵਾਰੀ ਰੋਕ ਕੇ ਬਾਈ ਗੱਡੀ ਦੇ ਨਹੀਂ ਆਪਣਾ ਸੁਭਾਅ ਇਹੋ ਜਿਹਾ ਕੋਈ ਬੰਦਾ ਮੈਂ ਕਿਤੇ ਜਾਂਦਾ ਰਵਾਂ ਜੇ ਕਿਸੇ ਬੰਦੇ ਨਾਲ ਜਿਹਨੇ ਆਪਣਾ ਮੂੰਹ ਪਿਆ ਰਹਿਣਾ ਉਹਨੇ ਕਹਿਤਾ ਬਈ ਚਾਬੀ ਦੇ ਮੈਂ ਕਿਹਾ ਵੀ ਲੈ ਜਾ ਆਪਾਂ ਮੇਰੇ ਕੋਲ ਬੁਲਟ ਸੀ ਬਈ ਸ਼ਹਿਰ ਖੜਾ ਹੁੰਦਾ ਸੀਗਾ ਮੈਂ ਜਦੋਂ ਅਗਲਾ ਬੰਦਾ ਘਰੇ ਠਾਲੇ ਜਾਂਦਾ ਮੈਂ ਲੈਣ ਹੀ ਨਹੀਂ ਜਾਂਦਾ ਹੁੰਦਾ ਸੀਗਾ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਚਲਾ ਲਓ ਬਈ ਜਿੱਥੇ ਯਾਰ ਮੂੰਹ ਪਿਆਰ ਆ ਜੇ ਹੁਣ ਤੇਰੇ ਨਾਲ ਮੂੰਹ ਪਿਆਰ ਆ ਤੂੰ ਜਦੋਂ ਮਰਜ਼ੀ ਤੂੰ ਐਂ ਥੋੜ੍ਹਾ ਨਾ ਕਹਿਣਾ ਵੀ ਯਾਰ ਕਾਰ ਚਾਹੀਦੀ ਆ ਤੂੰ ਕਹਿਣਾ ਚਾਬੀ ਦੇ ਯਾਰ ਬਿਲਕੁਲ ਜਿੱਥੇ ਮੂੰਹ ਪਿਆਰ ਆ ਯਾਰ ਅਗਲਾ ਲੈ ਜੇ ਸੰਦ ਘਰੇ ਖੜਾ ਹੋਵੇ ਜਵਾਬ ਕਿਸੇ ਨੂੰ ਹਾਂ ਅੱਛਾ ਉਹ ਨਹੀਂ ਯਾਰ ਕਈ ਭਾਨੇ ਜੇ ਨਹੀਂ ਮਾਰਦੇ ਦਿੰਦੇ ਨਾ 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 ਬਈ ਵੀ ਪਾਪਾ ਤੋਂ ਪੁੱਛ ਕੇ ਦੱਸੂ ਜਾਂ ਨਾ ਜੀ ਯਾਰ ਜਦੋਂ ਯਾਰੀ ਲਾਈ ਆ ਬਈ ਆਪਾਂ ਪਾਪੇ ਤੋਂ ਪੁੱਛ ਕੇ ਥੋੜ੍ਹਾ ਨਾ ਲਾਈ ਆ ਜਦੋਂ ਆਪਾਂ ਯਾਰੀ ਲਾਈ ਆ ਨਿਭਾਉਣ ਨੂੰ ਲਾਈ ਹੈ ਜਦੋਂ ਯਾਰ ਇਹ ਲੋਹਾ ਨਾ ਬਈ ਇਹ ਅੱਡ ਆ ਜਿੱਥੇ ਮੂੰਹ ਪਿਆਰਾ ਜਾਣ ਵੀ ਹਾਜ਼ਰ ਆ ਬੰਦੇ ਵਾਸਤੇ ਲੋਹਾ ਜਾਂ ਗੱਡੀ ਮੈਟਰ ਲੋਹਾ ਨਹੀਂ ਮੈਟਰ ਕਰਦਾ ਬਈ ਹਾਂ ਲੈ ਵੀ ਇਹ ਬਾਈ ਸਾਡਾ ਉਹ ਆ ਇਹ ਗੱਲ ਮੈਂ ਲਿਖ ਕੇ ਦਿੰਦਾ ਬਾਈ ਦੀਆਂ ਇੰਟਰਵਿਊਆਂ ਦੋ ਹੋਈਆਂ ਨੇ ਰੀਲਾਂ ਵਿੱਚੋਂ ਇੰਨੀਆਂ ਕੁ ਵਾਇਰਲ ਹੋਣਗੀਆਂ ਤੁਸੀਂ ਛੱਡ ਦਿਓ ਗੱਲਾਂ ਜਿਵੇਂ ਬਾਈ ਆਪਾਂ ਆਹ ਲਾਈਟਾਂ ਦੇਖਦੇ ਸੀ ਹਨਾ ਹਾਂਜੀ ਹਾਂਜੀ ਬਾਈ ਇਹ ਚੇਂਜ ਕਰਾਈਆਂ ਨੇ ਹਾਂਜੀ ਬਾਈ ਇਹਦੇ ਨਾ ਉਹ ਦੂਜੇ ਹੁੰਦੇ ਬਲੈਕ ਹੀ ਹੁੰਦੇ ਫਲੈਪ ਜੇ ਹੁੰਦੇ ਹਾਂਜੀ ਫਲੈਪ ਜੇ ਹੁੰਦੇ ਇਹ ਮੈਨੂੰ ਨਾ ਉਦੋਂ ਚੰਡੀਗੜ੍ਹ ਮੈਂ ਗਿਆ ਸੀਗਾ ਮਿਊਜ਼ਿਕ ਸਿਸਟਮ ਅਪਡੇਟ ਕਰਾਉਣ ਤੇ ਮੈਨੂੰ ਬਹੁਤ ਸੋਹਣੀਆਂ ਲੱਗੀਆਂ ਮੈਂ ਉਦੋਂ ਦਿੱਲੀ ਦੇ ਵਿੱਚ ਆਈਆਂ ਸੀ ਲਾਈਟਾਂ ਅੱਛਾ ਉਹ ਜਿੱਦਣ ਆਈਆਂ ਆਪਾਂ ਕੁਝ ਕੁ ਪੇਜ ਫੋਲੋ ਕੀਤੇ ਵੀ ਆ ਵੀ ਜਿੱਥੋਂ ਅਪਡੇਟ ਮਿਲਦੀ ਰਹੇ ਮੋਡੀਫਿਕੇਸ਼ਨ ਦੀ ਹਾਂਜੀ ਉਹਨਾਂ ਨੇ ਉੱਥੇ ਵੇਖੀਆਂ ਹੁਣ ਆ ਵੇਖੋ ਯਾ ਬਹੁਤ ਸੋਹਣੀ ਲੱਗਦੀ ਜਿਵੇਂ ਰਿੰਗ ਜੀ ਅੱਛਾ ਉਹ ਉੱਪਰ ਨੂੰ ਚੱਲਦੀ ਆ ਹਾਂ ਮੈਂ ਤੁਹਾਨੂੰ ਇੱਕ ਦਿਖਾਉਣਾ ਜਦੋਂ ਆ ਕਾਰ ਦੀ ਆਪਾਂ ਲਾਈਟਾਂ ਛੱਡਾਂਗੇ ਨਾ ਇੱਕ ਬਹੁਤ ਸੋਹਣਾ ਬਣ ਕੇ ਆਉਂਦਾ ਅੱਛਾ ਕਿ ਜਦੋਂ ਆਪਾਂ ਮੋਰਿਓ ਤੇ ਚਾਬੀ ਲਾਉਨੇ ਆ ਹਾਂਜੀ ਬਾਈ ਲੈ ਵੀ ਵਿੱਕੀ ਸਿੰਘ ਗੱਲਬਾਤ ਆਏ ਆ ਅੱਛਾ ਆਓ ਦੇਖ ਵੀ ਉਹ ਚੱਲੀਆਂ ਹਨਾ ਉੱਤੇ ਨੂੰ ਹੁਣ ਹਾਂਜੀ ਅੱਛਾ ਪਹਿਲਾਂ ਉਹ ਇੱਕ ਵਾਰੀ ਚੜੀ ਫਿਰ ਦੂਸਰੀ ਵਾਰੀ ਫਿਰ ਚੜਦੀ ਆ ਹਨਾ ਵਿੱਕੀ ਸਿੰਘ ਇੱਕ ਗੱਲ ਮੰਨ ਲਾ ਹੁਣ ਤੂੰ ਮੈਨੂੰ ਵਾਰ ਵਾਰ ਕਹੂੰਗਾ ਬਾਈ ਸਕਾਰਪੀਓ ਲੈਣੀ ਆ ਹੈ ਇਹ ਪਹਿਲਾਂ ਨਹੀਂ ਮੰਨਦੇ ਸੀ ਹੁਣ ਪਤਾ ਕੀ ਕਹਿੰਦਾ ਬਾਈ ਲੈ ਸਕਦੇ ਕਹਿੰਦਾ ਚਿੱਟੇ ਰੰਗ ਦੀ ਤਾਂ ਰੋਹ ਬਹੁਤ ਆ ਹਾਂਜੀ ਬਾਈ ਅੱਛਾ ਇੱਕ ਤਾਂ ਆਹ ਸਾਰਾ ਕੁਝ ਸੀਗਾ ਅੱਛਾ ਤੇ ਦੂਜਾ ਬਾਈ ਜਦੋਂ ਡਿੱਗੀ ਵਾਲੇ ਪਾਸੇ ਆ ਜਾਂਦੇ ਤੁਸੀਂ ਕਹਿੰਦੇ ਬਾਈ ਸੀਟਾਂ ਕੱਢ ਦਿੰਦੇ ਆਪਾਂ ਇਹਦੀਆਂ ਹਾਂਜੀ ਬਾਈ ਅੱਛਾ ਇੱਕ ਆਹ ਵਿੱਚ ਲਵਾ ਰੱਖੇ ਨੇ ਹਾਂਜੀ ਬਾਈ ਇਹ ਮਿਊਜ਼ਿਕ ਸਿਸਟਮ ਕਰਕੇ ਹਾਂਜੀ ਦਿਓ ਦੋ ਵੂਫਰ ਆ ਜੀ ਏਸੇ ਦੇ ਥੱਲੇ ਦੋ ਸਪੀਕਰ ਲੱਗੇ ਹੋਏ ਆ ਸੀਟ ਦੇ ਥੱਲੇ ਅੱਛਾ ਉਹ ਆਵਾਜ਼ ਬੈਲੈਂਸ ਹੋ ਗਈ ਹਾਂਜੀ ਹਾਂਜੀ ਬਾਈ ਕਿ ਆਪਾਂ ਕਹੀਏ ਕੰਪਨੀ ਵੱਲੋਂ ਇਹਨੂੰ ਮਿਊਜ਼ਿਕ ਸਿਸਟਮ ਇੰਨਾ ਵਧੀਆ ਨਹੀਂ ਨਾ ਨਾ ਜੀ ਨਾ ਉਹ ਤਾਂ ਬਸ ਜਿਵੇਂ ਜੱਟ ਸੌਦੇ ਜੰਗੂ ਦੇਤਾ ਬਸ ਤੁਹਾਨੂੰ ਵੀ ਟੋਂਟਣ ਹੋਈ ਜਾਵੇ ਵਧੀਆ ਜਿਵੇਂ ਉਹ ਥਾਰ ਨੂੰ ਦੇ ਦਿੰਦੇ ਕਿ ਬਾਈ ਤੁਸੀਂ ਬਾਹਰੋਂ ਲਵਾ ਲਓ ਹਾਂ ਹਾਂਜੀ ਹਾਂਜੀ ਯਾਰ ਇਹ ਹੈ ਆ ਕਿ ਮਹਿੰਦਰਾ ਦੀ ਮੈਨੂੰ ਲੱਗਦਾ ਕਿ ਜਿਹੜੀ ਇੱਕ ਐਕਸਯੂਵੀ 300 ਤੇ ਸਕਾਰਪੀਓ ਐਨ ਇਹਨੂੰ ਛੱਡ ਕੇ ਜਿੰਨੀਆਂ ਗੱਡੀਆਂ ਨੇ ਇਹ ਇਦਾਂ ਹੁੰਦੇ ਨੇ ਕਿ ਬਾਈ ਲੈ ਜਾਓ ਬਾਕੀ ਕੰਮ ਤੁਸੀਂ ਆਪੇ ਕਰਾ ਲਿਓ ਬਾਈ ਉਹ ਕਹਿੰਦੇ ਆ ਵੀ ਹੁਣ ਆਪਣੇ ਜੱਟਾਂ 'ਚ ਕੋਈ ਵੀ ਆ ਜਿਹੜਾ ਸਕੋਰਪੀਓ ਨੂੰ ਜਿਹਨੂੰ ਵਧੀਆ ਲੱਗਦੀ ਆ ਉਹਨੇ ਬਾਈ ਮੱਲੋ ਮੱਲੀ ਜਿਹੜਾ ਬੰਦੇ ਨੇ ਲਿਆ ਕੇ ਘਰੇ ਠਾਲਤੀ ਉਹ ਪੈਸੇ ਲਾਊਗਾ ਹੀ ਲਾਊਗਾ ਹਾਂ ਕੋਈ ਬੰਦਾ ਵਿਰਲਾ ਹੀ ਹੁੰਦਾ ਜਿਹਨੂੰ ਇਕੱਲੀ ਆਪਾਂ ਨੂੰ ਕੰਪਨੀ ਚੀਜ਼ ਪਸੰਦ ਵੈਸੇ ਬਾਈ ਲੱਗਦਾ ਕਿ ਜਦੋਂ ਕੋਈ ਬੰਦਾ ਸਕਾਰਪੀਓ ਲੈਂਦਾ ਲੈਣ ਤੋਂ ਬਾਅਦ ਇੰਨੇ ਕੁ ਪੈਸੇ ਉੱਤੇ ਲੱਗਦੇ ਨੇ ਬਾਈ ਇਹ ਤਾਂ ਪਤਾ ਹੀ ਕੋਈ ਨਹੀਂ ਤਾਂ ਖੂਹ ਆ ਜਿੰਨੇ ਮਰਜ਼ੀ ਸਿੱਟ ਦਿਓ ਆਪ ਕਿੰਨੇ ਕੁ ਲਾ ਲਏ ਇੱਥੇ ਬਈ ਮੈਂ 2 ਲੱਖ ਰੁਪਿਆ ਲਾਤਾ ਹੁਣ 2 ਲੱਖ ਰੁਪਿਆ ਉੱਤੇ ਗੱਡੀ ਦੇ ਲਾਤਾ ਹੈ ਜੇ ਕਿਸੇ ਨੂੰ ਆਪਾਂ ਦੱਸਾਂਗੇ 2 ਲੱਖ ਲਾਤਾ ਅਗਲਾ ਐ ਸੋਚੂਗਾ ਯਾਰ ਪਤਾ ਨਹੀਂ ਕਿੱਥੇ ਲਾਤਾ ਹੋਊਗਾ ਗੱਡੀ ਦੇ ਹਨਾ ਉਹ ਬਈ ਹੁਣ ਨਾ ਜੀ ਜਦੋਂ ਆਪਾਂ ਚੀਜ਼ ਹੈ ਨਾ ਕੋਈ ਵੀ ਜੇ ਆਪਾਂ ਕਹਿੰਦੇ ਹਾਂ ਪਹਿਲੀਆਂ 'ਚ ਲੱਗੇ ਆਪਾਂ ਨੂੰ ਉਦੋਂ ਰੇਟ ਦਾ ਕਨਫਰਮ ਨਹੀਂ ਹੁੰਦਾ ਜਦੋਂ ਚੀਜ਼ ਚੱਲ ਪੈਂਦੀ ਆ ਉਹਦਾ ਫਾਇਦਾ ਨਹੀਂ ਰਹਿੰਦਾ ਵੀ ਜਦੋਂ ਅਗਲੇ ਨੇ ਪਹਿਲਾਂ ਹੀ 4 ਨੇ ਲਵਾ ਲਈ ਉਹਦਾ ਚੀਜ਼ ਦਾ ਕੀ ਫਾਇਦਾ ਹਾਂ ਕਿ ਜਿਹੜੀ ਚੀਜ਼ ਲਵਾਉਣੀ ਉਹ ਪਹਿਲਾਂ ਲਵਾਉਣੀ ਪਹਿਲਾਂ ਹੀ ਲਵਾਉਣੀ ਹਾਂ ਫੇ ਐ ਕਰਦੇ ਵਿੱਚ ਓਏ ਵਿੱਕੀ ਸਿਆ ਕੰਮ ਕਰ ਜੱਟਾ ਗੱਡੀ ਦੇ ਅੰਦਰ ਕੈਮਰਾ ਫਿੱਟ ਕਰ ਬਾਕੀ ਨਾਲ ਗੱਲਾਂ ਕਰਦੇ ਅੰਦਰ ਬਹਿ ਕੇ ਹੈ ਜਿਵੇਂ ਬਾਈ ਹੁਣ ਆਪਾਂ ਬੈਠੇ ਸੀ ਨਾ ਗੱਡੀ 'ਚ ਇੱਕ ਚੀਜ਼ ਦੇਖੀ ਡੈਂਪਿੰਗ ਦਾ ਇੱਕ ਅਸਰ ਹੈ ਕਿ ਬਾਹਰੋਂ ਰੌਲਾ ਨਹੀਂ ਆਉਂਦਾ ਗੱਡੀ ਬਈ ਜਮਾ ਹੀ ਨਹੀਂ ਆਉਂਦਾ ਇੱਕ ਬਾਰੀਆਂ ਬੂਰੀਆਂ ਥੋੜੀਆਂ ਭਾਰੀਆਂ ਹੋ ਜਾਂਦੀਆਂ ਲੱਗ ਸੌ ਠੀਕ ਆ ਜੀ ਵੈਸੇ ਬਈ ਮਹਿੰਦਰਾ ਦੀ ਗੱਡੀਆਂ ਹਨਾ ਤੁਸੀਂ ਕਹਿੰਦੇ ਆ ਕਿ ਬਾਈ ਮਹਿੰਦਰਾ ਦੀ ਗੱਡੀ ਹੋ ਗਈ ਜਾਂ ਟੋਇਟਾ ਦੀ ਹੋ ਗਈ ਜਾਂ ਹੌਲੈਂਡ ਹੋ ਗਿਆ ਇਹ ਨਾ ਉਹ ਨੇ ਐਫਡੀਆਂ ਨੇ ਹਨਾ ਪਰ ਇਹਦੇ ਵਿੱਚ ਕੋਈ ਘਾਟਾ ਵੀ ਹੁੰਦੀ ਨੇ ਹਰੇਕ ਚੀਜ਼ ਦੇ ਵਿੱਚ ਘਾਟ ਕੀ ਲੱਗਦੀ ਗੱਡੀ 'ਚ ਘਾਟਾ ਬਈ ਥੋੜੀ ਜਿਹੀ ਨਾ ਸਰਵਿਸ ਪ੍ਰਤੀ ਆਪਾਂ ਨੂੰ ਲੱਗਦੀ ਹੈ ਘਾਟ ਮਹਿੰਦਰਾ ਦੀ ਮਹਿੰਦਰਾ ਦੀ ਕਿਵੇਂ ਬਈ ਹੁਣ ਇਹਦੇ ਸਪੀਡੋਮੀਟਰ 'ਚ ਦਾਗ ਪੈ ਗਿਆ ਅੱਛਾ ਇੱਕ ਲਾਈਨ ਜੀ ਆ ਜਿਵੇਂ ਨਾ ਕੋਈ ਪਾਣੀ ਪਿਆ ਹੁੰਦਾ ਅੱਛਾ ਮੈਂ ਏਜੰਸੀ ਵਾਲਿਆਂ ਨੂੰ ਬਈ ਕਿੰਨੇ ਵਾਰੀ ਮੇਰੀਆਂ ਫੋਟੋਆਂ ਹੋਈਆਂ ਕੀ ਕੁਛ ਹੋਇਆ ਪਰ ਉਹ ਏਜੰਸੀ ਵਾਲੇ ਨੇ ਸਪੀਡੋਮੀਟਰ ਨਹੀਂ ਚੇਂਜ ਕਰਕੇ ਦਿੱਤਾ ਹਾਲਾਂਕਿ ਕਾਰ ਗਰੰਟੀ ਦੇ ਵਿੱਚ ਆ 3 ਸਾਲ ਦੀ ਗਰੰਟੀ ਆ ਤੇ ਉਹਦੇ ਵਿੱਚ ਉਹਨਾਂ ਨੇ ਕਰਕੇ ਨਹੀਂ ਦਿੱਤਾ ਕਿ ਸੁਣਵਾਈ ਘੱਟ ਕਰਦੇ ਬਹੁਤ ਘੱਟ ਆ ਜੀ ਹਾਂ ਇਸ ਗੱਲੋਂ ਟੋਇਟਾ ਠੀਕ ਆ ਬਈ ਸਰਵਿਸ ਵਧੀਆ ਕਰਦੇ ਮੈਂ ਕਹਿੰਦਾ A1 ਮੈਂ ਪਹਿਲਾਂ ਸੁਣਦਾ ਹੁੰਦਾ ਸੀ ਕਹਿੰਦੇ ਯਾਰ ਇੱਕ ਟੋਇਟਾ ਇੱਕ ਫੋਰਡ ਸਰਵਿਸ ਪੱਖੋਂ ਸਭ ਤੋਂ ਵਧੀਆ ਨੇ ਹਾਂਜੀ ਬਈ ਹਾਂ ਹੁਣ ਇਹਦਾ ਵੀ ਸਟੀਅਰਿੰਗ
ਇਹਦਾ ਮੈਂ ਦਿੱਤਾ ਮੰਨ ਕੇ ਚੱਲੋ ਵੀ 4000 ਰੁਪਏ ਨਾਲ ਦਿੱਤਾ। ਅੱਛਾ ਸਟੀਅਰਿੰਗ ਪਾਉਣ ਵਾਸਤੇ। ਹਾਂ ਹਾਂ। ਮੇਰੇ ਦੋਸਤ ਕੋਲ ਫੋਰਚੂਨਰ ਸੀਗੇ। ਅੱਛਾ ਉਹਦੀ ਗਰੰਟੀ ਵੀ ਆਊਟ ਹੋ ਗਈ ਸੀ। ਉੱਥੇ ਫੋਰਚੂਨਰ ਇੱਕ ਹੋਰ ਏਜੰਸੀ ਦੇ ਵਿੱਚ ਆਈ ਸੀ ਸਟੀਅਰਿੰਗ ਚੇਂਜ ਹੋਣ ਵਾਸਤੇ। ਅੱਛਾ ਜਿਹੜੇ ਮੇਰੇ ਦੋਸਤ ਦੀ ਸੀ ਕਾਰ ਉਹਦੇ ਨਾਲੋਂ ਉਹ ਸਟੀਅਰਿੰਗ ਦਾ ਮੇਰੇ ਹਿਸਾਬ ਨਾਲ 80% ਵਧੀਆ ਸੀਗਾ, ਮਾੜੇ ਮੋਟਾ ਕੋਈ ਸੀਗਾ ਦਾਗ ਦੂਗ ਜੇ। ਉਹ ਏਜੰਸੀ ਵਾਲੇ ਨੇ ਬਾਈ ਜੀ ਬਿਨਾਂ ਗਰੰਟੀ ਤੋਂ ਸਟੀਅਰਿੰਗ ਉਹਨੂੰ ਪਵਾ ਕੇ ਦੇਤਾ। ਬਿਨਾਂ ਗਰੰਟੀ ਤੋਂ ਫ੍ਰੀ ਆਫ ਕਾਸਟ? ਹਾਂਜੀ ਬਾਈ, ਫੋਰਚੂਨਰ ਦਾ। ਹਾਂਜੀ ਬਾਈ, ਮਤਲਬ ਕਿ ਉਹਨਾਂ ਦੀ ਸਰਵਿਸ ਇਹਨਾਂ ਨਾਲ ਇੰਨੀ ਵਧੀਆ ਹੈ। ਹਾਂਜੀ ਇੰਨੀ ਵਧੀਆ, ਕਿਉਂਕਿ ਉਹਨਾਂ ਨੇ ਸਟੀਅਰਿੰਗ ਤੋੜਨਾ ਹੀ ਸੀਗਾ। ਅੱਛਾ ਉਹ ਕਹਿੰਦੇ ਵੀ ਆਪਾਂ ਤੋੜਨਾ ਹੀ, ਆਪਾਂ ਤੇਰੇ ਵਾਲ ਦਾ ਤੋੜ ਦਿੰਨੇ ਆ, ਫਾਇਦਾ ਤਾਂ ਹੋਵੇ। ਹਾਂ, ਕਿ ਜਿਵੇਂ ਇੱਕ ਚੀਜ਼ ਹੋਰ ਆ, ਜਿਵੇਂ ਤੁਸੀਂ ਕਹਿੰਦੇ ਆਪਾਂ ਜਦੋਂ ਏਜੰਸੀ ਜਾਂਦੇ ਹਾਂ ਨਾ, ਨਵੀਂ ਗੱਡੀ ਬੰਦਾ ਰਹਿੰਦਾ, ਸਰਵਿਸ ਬੰਦਾ ਏਜੰਸੀਆਂ ਕਰਾਉਂਦਾ ਪਹਿਲਾਂ ਦਾ। ਹਾਂਜੀ ਬਾਈ, ਹੈਨਾ? ਤੇ ਇਹ ਜਦੋਂ ਆਪਾਂ ਏਜੰਸੀ ਜਾਂਦੇ ਕਿੰਨਾ ਕੁ ਖਰਚਾ ਖਾਂਦੀ ਹੋਊਗੀ ਗੱਡੀ ਲੱਗਦਾ? ਖਰਚਾ ਡਿਪੈਂਡ ਕਰਦਾ ਵੀ ਸਰਵਿਸ ਤੇ ਕਿਹੜੇ ਹਿਸਾਬ ਨਾਲ ਆ। ਹਾਂ, ਕਿਉਂਕਿ ਸਰਵਿਸ ਇਹਦੀ 7000 ਦੀ ਵੀ ਹੋਈ ਆ, ਸਰਵਿਸ ਇਹਦੀ 16000 ਦੀ ਵੀ ਹੋਈ। 7000 ਦੀ ਵੀ ਤਾਂ 16 ਤੇ ਫਰਕ ਕੀ ਆ ਦੋਨਾਂ 'ਚ ਬਾਈ? ਇੰਨਾ ਹੁਣ ਜਿਵੇਂ ਕਹਿ ਦਿੰਦੇ ਫੁੱਲ ਸਰਵਿਸ ਆ ਜੀ, ਆਹ ਜੋ ਆ ਐਵੇਂ ਬਸ ਫੁੱਲ ਦੇ ਵਿੱਚ ਕੀ ਕੀ ਕਰ ਦਿੰਦੇ ਹੋਣਗੇ, ਕਿ ਤਾਂ ਤੇਲ ਚੇਂਜ ਹੋ ਗਿਆ, ਤੇਲ ਫਿਲਟਰ ਚੇਂਜ ਹੋ ਗਿਆ, ਚੇਂਜ ਹੋ ਗਿਆ, ਅਲਾਈਨਮੈਂਟ ਹੋ ਗਈ। ਹਾਂਜੀ, ਤੁਹਾਡੇ ਆਪਣੇ ਵਾਈਪਰਾਂ 'ਚ ਪਾਣੀ ਪਾਤਾ, ਤੁਹਾਡੇ ਵਾਈਪਰ ਚੇਂਜ ਕਰਤੇ। ਅੱਛਾ ਬਈ ਯਾਰ, ਏਜੰਸੀ ਵਾਲੇ ਵਾਈਪਰਾਂ ਨਾਲ ਬਾਹਰਲੇ ਵਾਈਪਰ ਵਾਲੇ ਵਧੀਆ। ਆਹਾਂ, ਵੈਸੇ ਹੁਣ ਏਜੰਸੀ ਸਰਵਿਸ ਕਰਾਉਣੇ ਕਿ ਬਾਹਰੋਂ? ਨਹੀਂ ਬਈ, ਸਰਵਿਸ ਏਜੰਸੀ ਜਿਹੜਾ ਕੋਈ, ਜਿਵੇਂ ਹੁਣ ਵਾਈਪਰ ਵਗੈਰਾ ਇਹ ਮੈਂ ਬਾਹਰੋਂ ਚੇਂਜ ਕਰਵਾਲੇ ਸੀ। ਆਹਾਂ, ਹਾਂਜੀ ਬਈ। ਤੇ ਯਾਰ ਇੱਕ ਚੀਜ਼ ਆ, ਮੈਂ ਆਪਣੇ ਵਾਲੀ ਗੱਡੀ 'ਚ ਜਿਵੇਂ ਬੈਠੇ ਗਰਮੀ ਬਹੁਤ ਲੱਗਦੀ ਨਾ ਉਹ 'ਚ, ਰਾਤ ਝੱਟ ਠੰਡੀ ਹੋ ਗਈ ਬਈ, ਝੱਟ ਠੰਡੀ ਹੋ ਗਈ। ਉਹ ਪਿੱਛੇ ਜਿਹੜੀਆਂ ਜਾਲੀਆਂ ਲੱਗੀਆਂ ਸੀ ਉਹਨਾਂ ਦਾ ਇਹ ਉਹਨਾਂ ਕਰਕੇ ਆ ਜੀ, ਇਹ ਤਾਂ ਬਹੁਤ ਛੇਤੀ ਠੰਡੀ ਹੋ ਗਈ ਤਾਂ। ਹਾਂਜੀ ਬਈ, ਜਾਲੀਆਂ ਕਰਕੇ ਬਈ ਛੇਤੀ ਠੰਡੀ ਹੋ ਗਈ, ਨਹੀਂ ਤਾਂ ਜੇ ਉਵੇਂ ਤਾਂ ਧੁੱਪ ਦੇ ਵਿੱਚ ਤਾਂ ਨਹੀਂ ਬਈ ਛੇਤੀ ਕਰਦੀ ਗਈ ਠੰਡੀ। ਯਾਰ ਜਾਡਾ ਨਾ ਵਿੱਕੀ ਸ਼ਾਰਟ ਲਈ ਜਾਂਦਾ ਸੀਗਾ, ਡਿੱਗੀ ਪਿੱਛੇ 4x4 ਦਾ ਸਟਿੱਕਰ ਲਾਇਆ ਹੈ। ਹੁਣ ਜਿਵੇਂ ਸਾਡੇ ਯਾਰ ਅੰਦਰ ਪੈਂਦੇ ਨਾ, ਉਹ ਦੇਖਦਾ ਇੱਥੇ ਵੀ ਆ ਦੂਸਰਾ ਹਾਈ, ਚੌਥਾ ਹਾਈ, ਚੌਥਾ ਲੋ ਆਹ ਬਟਨ ਲਾਇਆ ਹੋਇਆ। ਪਰ ਇਹ ਗੱਡੀ 4x4 ਨਹੀਂ ਹੈਗੀ ਨਾ ਬਈ, ਇਹ ਹੈਗੀ 2-wheeler, ਇਹ ਕੱਲਾ ਪ੍ਰਭਾਈ ਆ, ਇਹ ਪ੍ਰਭਾਵ ਪਾਉਣ ਨੂੰ ਲਾਇਆ। ਹਾਂਜੀ ਬਈ, ਇਹ ਹੈ ਨਾ ਇੱਕ ਹੁੱਕ ਰਹਿੰਦੀ, ਉਹ ਮੈਨੂੰ ਉਦੋਂ ਨਾ ਮੇਰੇ ਥੋੜਾ ਟਾਈਮ ਦੀ ਪ੍ਰੋਬਲਮ ਕਰਕੇ ਉਹ ਥੋੜੀ ਲੇਟ ਆਉਣੀ ਸੀ, ਹੁਣ ਹੁੱਕ ਵੀ ਪਿੱਛੇ ਲਾ ਹੀ ਦਿੰਦੇ, ਫਿਰ ਪ੍ਰੋਪਰ ਹੀ 4x4 ਵਾਲਾ ਹੀ ਹੋ ਜਾਣਾ। ਹਾਂਜੀ ਬਈ, ਅੱਛਾ ਫੀਲਿੰਗ 4x4 ਵਾਲੀ ਆ, ਵੈਸੇ ਗੱਡੀ 4x4। ਹਾਂ ਬਈ, ਮੈਂ ਤਾਂ ਏਜੰਸੀ ਜਦੋਂ ਗਿਆ ਸੀ, ਮੈਂ ਕਿਹਾ ਵੀ ਤੁਸੀਂ ਉਹਨਾਂ ਅੱਗੇ ਲੈ ਲੈਂਦੇ ਹੁੰਦੇ ਸੀ ਵੀ ਐਕਸਟਰਾ ਪੈਸੇ ਲੈ ਕੇ, ਵੀ ਆਪਾਂ ਨੂੰ ਸਾਈ ਤੇ ਜਿਵੇਂ ਕਹਿ ਦਿੰਦੇ ਆ ਵੀ ਆਪਾਂ ਨੂੰ 4-wheeler ਕਾਰ ਵੀ ਮਿਲ ਜਾਂਦੀ ਸੀ, ਆਟੋਮੈਟਿਕ ਵੀ ਮਿਲ ਜਾਂਦੀ ਸੀ। ਪਰ ਜਦੋਂ ਦੇ BS6 ਆਈ ਆ, ਇਹਦੇ ਵਿੱਚ 4-wheeler ਨਹੀਂ, 4-wheeler ਬੰਦ ਹੋ ਗਿਆ। ਹਾਂਜੀ, ਪਰ ਬਈ ਪਹਿਲਾਂ ਸਵਾਦ ਕਾਹਦਾ 4-wheeler ਦਾ ਕਿ ਇਦਾਂ? ਬਈ ਸਵਾਦ ਤਾਂ ਹੈਗਾ 4-wheeler ਦਾ। ਹਾਂ, ਆਏ ਆ ਵੀ ਜਿਵੇਂ ਕਹਿ ਦਈਏ ਵੀ ਟਰੈਕਟਰ ਤੇ ਬਹਿ ਕੇ ਹੌਸਲਾ ਜਿਹਾ ਹੋ ਜਾਂਦਾ ਨਾ, ਉਵੇਂ ਹੌਸਲਾ ਜਿਹਾ ਹੋ ਜਾਂਦਾ ਵੀ ਰੁਕਦੇ ਹੀ ਨਹੀਂ ਕਿਤੇ। ਉਵੇਂ ਜਿਹੋ ਜਿਹਾ ਆਪਣੀ ਬਈ ਆਪਾਂ ਜਿਵੇਂ ਹੁਣ ਖੇਤ ਖੂਤ ਮਾੜਾ ਮੋਟਾ ਕਈ ਰੜ ਜੇ ਤਾਂ ਬਈ ਬੇਇੱਜ਼ਤੀ ਵਾਲਾ ਕੰਮ ਹੋ ਜਾਂਦਾ। 4-wheeler ਤਾਂ ਹੋਣੀ ਚਾਹੀਦੀ ਆ, ਇਹ ਤਾਂ ਮੈਂਡੇਟਰੀ ਕਹਿ ਸਕਦੇ ਹਾਂ। 4-wheeler ਜੱਟਾਂ ਨੂੰ ਚਾਹੀਦੀ ਆ ਬਈ। ਹੁਣ ਪਤਾ ਕੋਈ ਨਹੀਂ, ਜੇ ਹੁਣ ਇੱਥੇ ਰਫੜ ਆ, ਮੈਂ ਕਹਿਣਾ ਯਾਰ ਰੋਟੀ ਫੜਾ ਕੇ ਆਉਣੀ ਆ, ਕੁਛ ਵੀ ਚੱਲ ਕਾਰ ਹੀ ਵਾੜ ਦਿੰਦੇ ਆ ਵਿੱਚ 4-wheeler ਲੈ ਕੇ, ਹੈਨਾ? ਆਹਾਂ, ਅੱਛਾ ਇੱਕ ਤਾਂ ਇਹ ਹੋ ਗਿਆ, ਦੂਜਾ ਯਾਰ ਇਹਦੇ ਗੇਅਰ 6 ਨੇ। ਹੁਣ ਜਦੋਂ ਮੈਂ ਪਹਿਲੀ ਵਾਰੀ ਆਪਣੇ ਯਾਰ ਮਿੱਤਰ ਦੀ ਉਹ ਚਲਾਈ ਨਾ ਸਕਾਰਪੀਓ, ਤਾਂ ਮੈਂ ਪਹਿਲੇ ਦੇ ਭੁਲੇਖੇ ਰਵਾਰਸ ਪਾ ਲਿਆ। ਉਹ ਬਈ, ਇਹ ਮੈਨੂੰ ਵੀ ਪਹਿਲੇ ਦੇ ਭੁਲੇਖਾ ਪਿਆ ਸੀਗਾ। ਹਾਂ, ਇਹ ਥੋੜਾ ਬਾਕੀ ਬਾਅਦ ਚੋਂ ਹੱਥ ਜਿਹਾ ਟਿਕ ਜਾਂਦਾ ਅਜੇ ਬਾਬਾ, ਇਹ ਨਾ ਦੂਜਾ ਨਹੀਂ ਵੀ ਜਿਵੇਂ ਕਈਆਂ ਦੇ ਚੱਕ ਕੇ ਜੇ ਪੈਂਦਾ, ਅਜੇ ਉਹ ਸਿਸਟਮ ਹੈ ਨਹੀਂ, ਥੋੜਾ ਫਿਰ ਵੀ ਸੌਖਾ, ਬਸ ਇੱਕ ਵਾਰੀ ਦੱਬਣਾ ਜਿਹਾ ਪੈਂਦਾ ਥੋੜਾ ਜਿਹਾ, ਹਨਾ? ਹੁਣ ਜਿਵੇਂ ਬਈ ਆਪਣੇ ਕੋਲੇ ਆ ਸਕਾਰਪੀਓ ਆ, ਇਹਨੂੰ ਦੇਖ ਕੇ ਕਿੰਨੇ ਕੁ ਜਾਣੇ ਨੇ ਸਕਾਰਪੀਓ ਲੈ ਲਈ? ਬਈ ਸਕਾਰਪੀਓ ਮੇਰਾ ਗਰੁੱਪ ਆ ਮੁਕਤਸਰ ਵਾਲਾ, ਜਿਹੜਾ ਮੇਰਾ ਫਰੈਂਡ ਸਰਕਲ ਆ, ਮੈਂ ਕਹਿੰਦਾ ਵੀ ਜੇ ਅਸੀਂ 10 ਜਾਣੇ ਆ ਨਾ, 10 ਦੇ ਵਿੱਚੋਂ 8 ਕੋਲ ਸਕਾਰਪੀਓ ਹੀ ਆ। ਅੱਛਾ, ਕਿ ਮਤਲਬ ਇੱਕ ਦੂਸਰੇ ਨੂੰ ਦੇਖ ਕੇ ਲੈ ਲਈਆਂ? ਹਾਂਜੀ ਬਾਈ, ਵਧੀਆ ਬਾਈ ਲੱਗਦੀਆਂ। ਇੱਕ ਗਾਣਾ ਜਿਹੜਾ ਸਕਾਰਪੀਓ ਵਾਲਾ ਯਾਰ, ਉਹਨੇ ਬਾਹਲੇ ਜਾਣੇ ਪੱਟ ਰੱਖੇ ਨੇ, ਬਾਹਲੇ ਪੱਟੇ ਆ, ਤੇ ਜੱਟ ਸਵਾਜ ਵਾ ਦੇ ਪੱਟੇ ਹੋਏ ਨੇ। ਹਾਂ ਬਾਈ, ਹਾਂਜੀ, ਤੇ ਸਾਰਿਆਂ ਦਾ ਨੰਬਰ ਵੀ ਜਿਵੇਂ 0050 ਹੋ ਗਿਆ, 0058 ਹੋ ਗਿਆ, ਆਈ ਆ ਨੰਬਰ 00 ਵਾਲਾ ਹੀ ਹੈ ਜਿਹੜਾ ਵੀ ਆਪਣਾ ਸਰਕਲ ਆ। ਤੇ ਜਿਵੇਂ ਹੁਣ ਆਪਣੇ ਤੁਹਾਡੇ ਪਿੰਡਾਂ ਦੇ ਵਿੱਚ ਆਏ ਆ ਨਾ, ਮੈਂ ਸਕਾਰਪੀਓ ਬਾਬਾ ਬੰਦਿਆਂ ਕੋਲੇ ਦੇਖੀਆਂ, ਹਾਂਜੀ, ਇਹਦਾ ਪ੍ਰਭਾਵ ਕੀ ਹੈ ਇੱਥੇ ਪਿੰਡਾਂ 'ਚ? ਹੈ ਬਈ, ਬਸ ਕਹਿ ਦੋ ਵੀ ਨੁਗਰਾ ਘੋੜਾ, ਸਕਾਰਪੀਓ ਤੇ ਹੋਰ ਟਰੈਕਟਰ, ਇਹ ਚੀਜ਼ਾਂ ਦਾ ਜੱਟਾਂ ਦੇ ਘਰੇ ਜਿਹਦੇ ਖੜੀਆਂ ਉਹ ਬਸ ਵਧੀਆ ਹੀ ਆ, ਘੈਂਟ ਹੀ ਆ ਹੁਣ। ਹਾਂ, ਕਿੱਦੂ ਬਾਅਦ ਗੱਲਬਾਤ ਸਿਰ ਆਇਆ ਹੈ। ਹਾਂਜੀ ਬਈ, ਕੀ ਕਹਿ ਸਕਦੇ? ਬਾਕੀ ਐਂ ਨਹੀਂ ਆਪਾਂ ਕਹਿੰਦੇ ਵੀ ਤੁਸੀਂ ਘਰਦਿਆਂ ਦੇ ਗੱਲ 'ਚ ਅੰਗੂਠਾ ਦੇ ਕੇ ਲਓ, ਮੈਂ ਕਹਿੰਦਾ ਵੀ ਲਓ ਪਹਿਲਾਂ ਆਪਦਾ ਘਰ, ਜਾਂ ਬੰਦਾ ਉਸ ਪੈਰ ਤੇ ਸਟੈਂਡ ਹੋਵੇ, ਬੰਦਾ ਆਪਦੇ ਪੈਰਾਂ ਤੇ ਸਟੈਂਡ ਹੋਵੇ, ਕਾਰ ਲਵੇ, ਕਾਰ ਦਾ ਫਿਕਰ ਨਾ ਹੋਵੇ ਵੀ ਘਰਦਿਆਂ ਤੋਂ ਵੀ ਐਵੇਂ ਕੋਈ
ਇਹਦੀ ਕਿਸ਼ਤ ਤਾਰ ਨਹੀਂ ਹੋਈ ਜਾਂ ਕੁਛ। ਹਾਂ ਬਈ ਯਾਰ ਮੈਂ ਲੈਣ ਆਪਾਂ ਕਹਿੰਦੇ ਆ ਵੀ ਨਗਦ ਲਓ, ਮੈਂ ਕਹਿੰਦਾ ਵੀ ਲੋਨ ਕਰਾਵੇ ਕਾਰ ਦਾ। ਹਾਂ ਵਧੀਆ ਰਹਿੰਦਾ ਬੰਦਾ ਥੋੜਾ ਜਿਹਾ, ਕਿਉਂਕਿ ਉਹੀ ਕਿਸੇ ਹੋਰ ਪਾਸੇ ਆਪਾਂ ਇਨਵੈਸਟ ਕਰ ਸਕਦੇ ਆ। ਬਿਲਕੁਲ ਬਈ ਬਿਲਕੁਲ। ਬਾਕੀ ਬਈ ਹੁਣ ਇਹ ਵੀ ਜਿੰਨਾ ਪੁਤੰਗ ਵੀ ਹੁੰਦੇ ਆ ਅਕਸਰ, ਆਪਾਂ ਨੂੰ ਕਿਤੇ ਰਾਹ ਚ ਜਾਣਾ ਕਿਤੇ ਕੁਛ ਆ, ਕਦੇ ਧੋਖਾ ਨੀ ਦਿੱਤਾ ਨਹੀਂ ਦਿੱਤਾ। ਹਾਂ ਇੱਕ ਦੋ ਵਾਰੀ ਸੈਲਫ ਚ ਪ੍ਰੋਬਲਮ ਆਈ ਆ, ਮੈਂ ਪਰਿਵਾਰ ਨਾਲ ਸੀ, ਬਾਕੀ ਨਹੀਂ ਜੀ ਕਾਰ ਨੀ ਧੋਖਾ ਨੀ ਦਿੱਤਾ ਅੱਜ ਤੱਕ ਨੀ ਮੈਨੂੰ ਰਾਹ ਚ ਕਿਤੇ ਖੜੀ। ਤੇ ਮੈਂ ਦੋ ਵਾਰੀ ਗੋਆ ਜਾਇਆ। ਇਹਦੇ ਤੇ ਗੋਆ ਦੋ ਵਾਰੀ ਜਾਏ ਆ? ਹਾਂਜੀ ਬਾਈ। ਐ ਨੀ ਕਿ ਬੰਦਾ ਥੱਕ ਜੂ? ਨਾ ਬਾਈ, ਕੰਪਨੀ ਮੈਟਰ ਕਰਦੀ ਆ। ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਵੀ ਬੰਦੇ ਜਿਹੜੇ ਨਾਲ ਆ, ਹੁਣ ਤੁਸੀਂ ਕਹਿੰਦੇ ਸੀ ਵੀ 3 ਘੰਟੇ ਆਪਣੀ ਗੋਪਰੋ ਦੀ ਹੈਗੀ ਆ, ਵੀ 3 ਘੰਟੇ ਆਪਣਾ ਮੁੰਡਾ ਕਹਿੰਦਾ ਵੀ ਤੁਸੀਂ 3 ਘੰਟੇ ਲਾ ਆਓ। ਮੈਂ ਕਹਿੰਦਾ ਬਈ ਜੇ ਅੱਜ ਤੋਂ 2 ਸਾਲ ਪਹਿਲਾਂ ਆਪਣਾ ਸਿਸਟਮ ਹੁੰਦਾ ਨਾ ਤੇ ਮੈਂ ਤੁਹਾਨੂੰ ਕਹਿਣਾ ਵੀ 3 ਘੰਟੇ ਆ, ਚਲੋ ਆਪਾਂ ਕਿਤੇ ਜੈਪੁਰ ਨਹੀਂ ਘੁੰਮ ਫਿਰ ਆਈਏ। ਹੁਣ ਬਈ ਥੋੜਾ ਕੰਮਾਂ ਕਰਾਂ ਚ ਬਾਹਲਾ ਉਲਝੇ ਹੋਏ ਆ, ਨਹੀਂ ਤਾਂ ਪਹਿਲਾਂ ਵਾਲਾ ਟਾਈਮ ਤਾਂ ਬਈ ਐਂ ਸੀ, ਫਰੈਂਡ ਸਰਕਲ ਨੇ ਕਹਿ ਤਾ ਵੀ ਆਪਾਂ ਅੱਜ ਇੱਧਰ ਘੁੰਮਣ ਜਾਣਾ, ਚਲੋ ਚੱਲੀਏ। ਆਏ ਨੀ ਕਦੇ ਵੀ ਦੂਜੀ ਵਾਰੀ ਨੀ ਅਗਲੇ ਨੂੰ ਕਹਿਣ ਦਿੱਤਾ ਸੀ ਵੀ ਨਹੀਂ ਬਾਈ ਨਹੀਂ ਜਾਇਆ ਜਾਣਾ, ਘਰ ਦੇ ਕਹਿਣਗੇ। ਚੀਜ਼ਾਂ ਦੋ ਨੇ, ਯਾਰ ਚੋਟੀ ਦੇ, ਹਾਂਜੀ ਬਾਈ, ਗੱਡੀ ਚੋਟੀ ਦੀ, ਹਾਂਜੀ ਬਾਈ, ਜਿੱਥੇ ਮਰਜ਼ੀ ਚਲ ਜਾਓ। ਹੈ ਮਿੱਤਰੋ, ਲਵ ਮਿੱਤਰੋ, ਬਾਕੀ ਗੱਲਾਂ ਬਾਤਾਂ ਆਏ ਆ, ਵੀਡੀਓ ਬਹੁਤ ਲੰਬੀ ਹੋ ਜਾਣੀ ਆ, ਤੇ ਇੱਦਾਂ ਦੀ ਵੀਡੀਓ ਹੋਰ ਦੇਖਣ ਲਈ ਜਾਂ ਵੀਡੀਓ 'ਚ ਆਉਣ ਦੇ ਲਈ ਬਾਈ ਸਕਰੀਨ 'ਤੇ ਮੈਂ ਨੰਬਰ ਵੈਸੇ ਦਿੱਤੇ ਹੋਏ ਨੇ, ਤੁਸੀਂ ਕਿਸੇ ਵੀ ਵੇਲੇ ਫੋਨ ਕਰ ਸਕਦੇ। ਦੂਜੀ ਗੱਲ, ਬਾਈ ਦੀ ਇੰਸਟਾਗ੍ਰਾਮ ਆਈਡੀ ਮੈਂ ਸਕਰੀਨ 'ਤੇ ਦੇਤੀ ਆ, ਮੈਂਸ਼ਨ ਕਰਤਾ ਬਾਈ, ਫੋਲੋ ਜ਼ਰੂਰ ਕਰ ਲਿਓ ਹੈ। ਇਹ ਪ੍ਰਮੋਸ਼ਨਾਂ ਸਾਡੇ ਵੱਲੋਂ ਦੱਬ ਕੇ ਚੱਲੀ ਜਾਣੀਆਂ ਨੇ, ਅਤੇ ਬਾਕੀ ਆਸ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ, ਖਾਸ ਕਰਕੇ ਮਾਲਕ ਕਿ ਸਕਾਰਪੀਓ ਗੱਡੀ ਲੈ ਕੇ, ਸਕਾਰਪੀਓ ਵਾਲਿਆਂ ਨੂੰ ਪਸੰਦ ਆਈ ਹੋਊਗੀ। ਨੇ ਇੱਕ ਬਾਈ ਹੋਰ, ਬਾਈ ਨੂੰ ਜਦੋਂ ਤੁਸੀਂ ਪਰਸਨਲੀ ਮਿਲੋਗੇ ਨਾ, ਮੈਂ ਕਹਿੰਦਾ ਵੀ ਤੁਹਾਨੂੰ ਐਂ ਨਹੀਂ ਲੱਗਣਾ ਵੀ ਆਪਾਂ ਪਹਿਲੀ ਵਾਰ ਮਿਲੇ ਹਾਂ, ਮੈਂ ਕਹਿੰਦਾ ਯਾਰ ਬਾਈ ਪਰਿਵਾਰ ਹੀ ਆ ਯਾਰ ਬਾਈ, ਜੇ ਬਾਈ ਦਾ ਇੰਨਾ ਕੁ ਸੁਭਾਅ ਨੇਚਰ ਗੁੱਡ ਆ ਨਾ, ਆਪਾਂ ਨੂੰ ਕੋਈ ਮੇਰੇ ਘਰ ਦੇ ਬੈਠਰੇ ਕੋਈ ਇਹੋ ਜਿਹੀ ਫੀਲ ਹੀ ਨਹੀਂ ਹੋਈ ਵੀ ਬੰਦਾ ਪਹਿਲੀ ਵਾਰ ਮਿਲੇ ਆ ਜਾਂ ਕੁਛ ਵੀ ਆ। ਦੱਬ ਕੇ ਬਾਈ ਵੀਡੀਓ ਨੂੰ ਸ਼ੇਅਰ ਕਰੋ, ਬਾਈ ਦਾ ਚੈਨਲ ਸਬਸਕ੍ਰਾਈਬ ਕਰੋ, ਆਪਾਂ ਤਾਂ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਕਿਉਂਕਿ ਬੰਦਾ ਵਧੀਆ ਬਾਈ, ਜਿਹੜਾ ਬੰਦਾ ਵਧੀਆ ਉਹਦੇ ਕਰਕੇ ਆਪਾਂ ਹੱਥ ਜੋੜ ਕੇ ਵੀ ਆਪਾਂ ਬੇਨਤੀ ਕਰਾਂਗੇ। ਆਹੀ ਆ ਜੀ, ਬਾਕੀ ਲਵ ਯੂ ਬਾਈ ਸਾਰਿਆਂ ਨੂੰ। ਹੋ ਗਈ ਪ੍ਰਮੋਸ਼ਨ ਮਿੱਤਰੋ, ਤੇ ਬਾਈ ਜੀ ਤੁਹਾਡਾ ਤੇ ਤੁਹਾਡਾ ਬਾਈ ਜੀ ਸਮਾਂ ਦੇ ਲਈ ਧੰਨਵਾਦ। ਨਹੀਂ ਬਾਈ, ਸਾਰਾ ਤੁਹਾਡਾ ਹੀ ਹੈ ਜੀ, ਪਰਿਵਾਰ ਆ ਤੇ ਪਰਿਵਾਰ ਵਾਂਗੂ ਹੀ ਹੈ ਜੀ, ਕੀ ਸਮਾਂ ਬਾਈ। ਲਓ ਜੀ ਬਣ ਗਈ ਵੀਡੀਓ ਬਾਈ, ਹਾਂ ਜੀ ਗੁੱਡ, ਲਓ ਜੀ।